ਸੋ ਪਹਿਲਾਂ ਮੈਨੂੰ ਦੱਸੋ ਕੁਇਜ਼ ਕਿੱਦਾਂ ਦਾ ਲੱਗਾ ਤੁਹਾਨੂੰ, ਜਿਹੜਾ ਤੁਸੀਂ ਕੀਤਾ ਲੈਵਲ ਉਹਦਾ ਕੁਛ ਔਖਾ ਤਾਂ ਨਹੀਂ ਲੱਗਾ? ਸਰ ਬਹੁਤ ਵਧੀਆ ਥਾ ਓਕੇ ਸਰ, ਕੋਈ ਮੇਰਾ ਨਹੀਂ ਹੋਇਆ ਜੀ। ਓਕੇ ਕੋਈ ਗੱਲ ਨਹੀਂ, ਆਪਾਂ ਹੁਣ ਡਿਸਕਸ ਕਰ ਲੈਣਾ ਹੈਗਾ, ਠੀਕ ਹੈ ਜੀ? ਜੋ ਜੋ ਕੁਐਸਚਨਸ, ਆਈ ਗੈਸ 27 ਕੁਐਸਚਨ ਸੀਗੇ, ਠੀਕ ਹੈ? ਤੇ ਮੈਂ ਵੀ ਅਟੈਂਪਟ ਕੀਤਾ ਸੀਗਾ ਐਂਡ ਆਈ ਗੋਟ 26। ਮੇਰਾ ਵੀ ਕੁਐਸਚਨ ਗਲਤ ਹੋਇਆ ਸੀਗਾ, ਠੀਕ ਹੈ? ਜਲਦੀ ਜਲਦੀ ਜੇ 5 ਮਿੰਟ ਦੇ ਵਿੱਚ ਕਰਿਆ ਸੀ ਮੈਂ, ਤੇ ਮੇਰਾ ਇੱਕ ਕੁਐਸਚਨ ਗਲਤ ਮੇਰੇ ਐਂਡ ਆਈ ਗੋਟ 26। ਤੁਹਾਡੇ 17 ਮਾਰਕਸ ਹੈ ਨਾ ਇੰਦੂ ਹਾਂਜੀ ਹਾਂਜੀ ਸਰ ਐਂਡ ਸ਼ਿਵਾਨੀ ਦੇ 21 ਆ। ਵੈਰੀ ਗੁੱਡ ਸ਼ਿਵਾਨੀ। ਬਟ ਹਾਂਜੀ 5 ਕੁਐਸਚਨਸ ਕਿਹੜੇ ਗਲਤ ਹੋਏ, ਕਿਉਂ ਗਲਤ ਹੋਏ, ਉਹਨਾਂ ਬਾਰੇ ਆਪਾਂ ਡਿਸਕਸ ਕਰਨਾ। ਤਾਂ ਕਰਕੇ ਜਿੱਦਾਂ ਸਾਡਾ ਇੱਕ ਟੋਪਿਕ ਕੰਪਲੀਟ ਹੋ ਗਿਆ, ਜਿੱਦਾਂ ਐਕਸੀਅਲ ਅਪੈਂਡੀਕੂਲਰ ਸਿਸਟਮ, ਆਪਾਂ ਉਹਦੇ ਕੁਐਸਚਨਸ ਕਰਨੇ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਜਦੋਂ ਤੁਸੀਂ ਇਗਜ਼ਾਮ 'ਚ ਬੈਠੋ ਹੈ ਨਾ, ਤੇ ਤੁਹਾਨੂੰ ਸੋਚਣਾ ਨਾ ਪਵੇ, ਤੁਹਾਨੂੰ ਆਉਣਾ ਚਾਹੀਦਾ। ਕੁਐਸਚਨ ਆਇਆ, ਕੁਐਸਚਨ ਪੜ੍ਹਿਆ, ਤੁਹਾਨੂੰ ਆਪਸ਼ਨ ਪੜ੍ਹਨ ਦੀ ਵੀ ਲੋੜ ਨਾ ਪਵੇ। ਕਈ ਵਾਰੀ ਆਪਸ਼ਨ ਪੜ੍ਹਨੇ ਪੈਂਦੇ ਆ, ਹੈ ਨਾ? ਇੱਦਾਂ ਨਹੀਂ ਹੁੰਦਾ ਕਿ ਹਰ ਕੁਐਸਚਨ ਦੇ ਵਿੱਚ ਆਪਸ਼ਨ ਪੜ੍ਹਨ ਦੀ ਲੋੜ ਹੀ ਨਾ ਪਵੇ। ਬਟ ਕਈ ਵਾਰੀ ਕੀ ਹੁੰਦਾ, ਕੁਐਸਚਨ ਇੱਕਦਮ ਡਾਇਰੈਕਟ ਹੁੰਦਾ, ਸਾਨੂੰ ਆਪਸ਼ਨ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ, ਸਾਨੂੰ ਪਤਾ ਹੁੰਦਾ। ਜਿੱਦਾਂ ਮੈਂ ਬੋਲ ਦੇਵਾਂ ਤੁਹਾਨੂੰ ਕਿ ਸਭ ਤੋਂ ਸਟਰੋਂਗੈਸਟ ਬੋਨ ਕਿਹੜੀ ਹੈਗੀ ਹੈ, ਤੁਹਾਨੂੰ ਆਪਸ਼ਨ ਪੜ੍ਹਨ ਦੀ ਲੋੜ ਨਹੀਂ ਪਏਗੀ। ਸਭ ਤੋਂ ਛੋਟੀ ਬੋਨ ਕਿਹੜੀ ਹੈਗੀ ਹੈ, ਆਪਸ਼ਨ ਪੜ੍ਹਨ ਦੀ ਲੋੜ ਨਹੀਂ ਪਏਗੀ। ਸੋ ਸਾਰੇ ਕੁਐਸਚਨ ਆਪਾਂ ਐਗਜ਼ੌਸਟ ਕੀਤੇ ਆ, ਇਹ 27 ਕੁਐਸਚਨ ਨੇ। ਤੁਸੀਂ ਹੋਰ ਕੁਐਸਚਨ ਦੀ ਡਿਮਾਂਡ ਕਰੋਗੇ ਤੇ ਆਪਾਂ ਉੱਤੇ ਹੋਰ ਕ੍ਰੀਏਟ ਕਰਾਂਗੇ, ਠੀਕ ਹੈ ਜੀ? ਐਂਡ ਇਹ ਕੋਈ ਟੁੱਚੂ ਪੁੱਚੂ ਕੁਐਸਚਨ ਨਹੀਂ ਹੈਗੇ, ਵਧੀਆ ਲੈਵਲ ਦੇ ਕੁਐਸਚਨ ਨੇ ਸਾਰੇ ਦੇ ਸਾਰੇ, ਤੁਸੀਂ ਅਟੈਂਪਟ ਕੀਤੇ ਹੋਣੇ ਆ, ਠੀਕ ਹੈ ਜੀ? ਸੋ ਪਹਿਲਾਂ ਸਾਡਾ ਕੁਐਸਚਨ ਅੱਜ ਦਾ ਹੈਗਾ, ਵਿਚ ਬੋਨਸ ਫੋਰਮ ਦਾ ਸ਼ੋਲਡਰ ਗਰਿਡਲ। ਇੱਕ ਇੱਕ ਕਲੀਅਰ ਆ ਤੁਹਾਨੂੰ, ਸਹੀ ਲੱਗ ਰਿਹਾ ਜਾਂ ਮਤਲਬ ਇਹਨੂੰ ਚੇਂਜ ਕਰੀਏ? ਦਿਖ ਰਿਹਾ ਆ, ਅਨੋਇੰਗ ਤਾਂ ਨਹੀਂ ਹੈਗਾ, ਜਾਂ ਇਹਦੀ ਬੈਕਗ੍ਰਾਉਂਡ ਚੇਂਜ ਕਰ ਦਈਏ? ਬਿਜੀ ਵਾਲਾ ਸਰ ਵਿਜੀਬਲ ਆ, ਓਕੇ। ਸੋ ਪਹਿਲਾ ਕੁਐਸਚਨ ਹੈ, ਵਿਚ ਬੋਨਸ ਫੋਰਮ ਦਾ ਸ਼ੋਲਡਰ ਗਰਿਡਲ। ਕਿਹੜੀ ਬੋਨ ਸ਼ੋਲਡਰ ਗਰਿਡਲ ਬਣਾਉਂਦੀ ਆ, ਠੀਕ ਹੈ? ਕਿਹੜੀਆਂ ਹੱਡੀਆਂ ਜਿਹੜੀਆਂ ਹੈਗੀਆਂ ਸਾਡੀਆਂ, ਉਹ ਸ਼ੋਲਡਰ ਗਰਿਡਲ ਨੂੰ ਬਣਾਉਂਦੀ ਆ? ਸੋ ਆਪਸ਼ਨ ਏ ਆ ਸਕੈਪੂਲਾ ਐਂਡ ਕਲੈਵੀਕਲ, ਆਪਸ਼ਨ ਬੀ ਆ ਸਕੈਪੂਲਾ ਐਂਡ ਹਿਊਮਰਸ, ਆਪਸ਼ਨ ਸੀ ਆ ਕਲੈਵੀਕਲ ਐਂਡ ਹਿਊਮਰਸ, ਐਂਡ ਆਪਸ਼ਨ ਡੀ ਆ ਹਿਊਮਰਸ ਐਂਡ ਅਲਨਾ। ਹੁਣ ਇੱਥੇ ਇੱਕ ਮਿੰਟ ਵੇਟ ਕਰਿਓ, ਮੈਂ ਨਾਲ ਦੇ ਨਾਲ ਆਪਾਂ ਆਪਣਾ ਐਪ ਵੀ ਓਪਨ ਕਰ ਲੈਂਦੇ ਹਾਂ। ਹੁਣ ਉਹਦਾ ਕੁਐਸਚਨ ਕੀ ਹੈ, ਕਿਹੜੀਆਂ ਹੱਡੀਆਂ ਮਿਲ ਕੇ ਕੀ ਬਣਾਉਂਦੀ ਆ, ਸ਼ੋਲਡਰ ਗਰਿਡਲ। ਦੱਸੋ ਕਿਹੜੀ ਕਿਹੜੀ ਹੱਡੀ ਮਿਲ ਕੇ ਸ਼ੋਲਡਰ ਗਰਿਡਲ ਬਣਾਉਂਦੀ ਆ? ਆਪਾਂ ਪੜ੍ਹਿਆ ਸੀਗਾ, ਇੱਕ ਆਪਾਂ ਪੜ੍ਹੀ ਸੀਗੀ ਕਿਹੜੀ, ਕਲੈਵੀਕਲ, ਕਲੈਵੀਕਲ ਸਕੈਪੂਲਾ, ਦੂਸਰੀ ਆਪਾਂ ਪੜ੍ਹੀ ਸੀ ਸਕੈਪੂਲਾ। ਇਹ ਦੋਵੇਂ ਮਿਲ ਕੇ ਕੀ ਬਣਾਉਂਦੀਆਂ ਨੇ, ਸ਼ੋਲਡਰ ਗਰਿਡਲ। ਸੋ ਇਸ ਸਵਾਲ ਦਾ ਜਿਹੜਾ ਰਾਈਟ ਆਨਸਰ ਹੈਗਾ, ਇੱਕ ਮਿੰਟ ਆਪਾਂ ਚੱਲਦੇ ਹਾਂ ਬੈਕ, ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈਗਾ, ਦੈਟ ਇਜ਼ ਆਪਸ਼ਨ ਏ ਸਕੈਪੂਲਾ ਐਂਡ ਕਲੈਵੀਕਲ, ਠੀਕ ਹੈ ਜੀ? ਇਹ ਉਹਦਾ ਰਾਈਟ ਆਨਸਰ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਆ ਗਿਆ, ਵਿਚ ਬੋਨ ਇਜ਼ ਪਾਰਟ ਆਫ ਬੋਥ ਐਕਸੀਅਲ ਐਂਡ ਅਪੈਂਡੀਕੁਲਰ ਸਕੈਲੇਟਨ। ਇਹਨਾਂ ਵਿੱਚੋਂ ਕਿਹੜੀ ਹੱਡੀ ਇੱਦਾਂ ਦੀ ਆ ਜਿਹੜੀ ਐਕਸੀਅਲ ਸਕੈਲੇਟਨ ਦਾ ਵੀ ਪਾਰਟ ਹੈ ਤੇ ਅਪੈਂਡੀਕੁਲਰ ਸਕੈਲੇਟਨ ਦਾ ਪਾਰਟ ਹੈ? ਕੀ ਉਹ ਫੀਮਰ ਹੈ? ਦੱਸੋ ਫੀਮਰ ਕਿਹਦਾ ਪਾਰਟ ਹੈਗੀ ਆ, ਐਕਸੀਅਲ ਕਿ ਅਪੈਂਡੀਕੁਲਰ? ਅਪੈਂਡੀਕੁਲਰ ਅਪੈਂਡੀਕੁਲਰ। ਪੈਲਵਿਸ ਕਿਹਦਾ ਪਾਰਟ ਹੈ, ਐਕਸੀਅਲ ਕਿ ਅਪੈਂਡੀਕੁਲਰ? ਸਰ ਬੋਥ ਬੋਥ। ਜਿਵੇਂ ਤੁਹਾਨੂੰ ਦੱਸਿਆ ਸੀਗਾ ਜਿਹੜੀ ਪੈਲਵਿਸ ਆ, ਆਪਾਂ ਫਿਰ ਦੁਬਾਰਾ ਤੋਂ ਵਾਪਸ ਚੱਲਦੇ ਹਾਂ, ਠੀਕ ਹੈ? ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਸਾਡੀ ਪੈਲਵਿਸ ਹੈਗੀ ਆ, ਜੇ ਪੈਲਵਿਸ ਦੀ ਗੱਲ ਕਰੀਏ, ਇਹਦਾ ਜਿਹੜਾ ਆਹ ਵਾਲਾ ਹਿੱਸਾ ਹੈਗਾ, ਇਹ ਕਿਹਦਾ ਪਾਰਟ ਆ, ਐਕਸੀਅਲ ਕਿ ਅਪੈਂਡੀਕੁਲਰ? ਇਹ
ਅਪੈਂਡੀਕੂਲਰ ਦਾ ਪਾਰਟ ਅਪੈਂਡੀਕੂਲਰ ਉੱਥੇ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਸਾਡੀ ਸੈਕਰਮ ਹੈਗੀ ਆ ਐਂਡ ਇਹ ਕੋਕਿਕਸ ਹੈਗੀ ਆ ਇਹ ਕਾਹਦਾ ਪਾਰਟ ਹੈਗਾ ਸਾਡੀ ਐਕਸੀਅਲ ਬਾਡੀ ਦਾ ਪਾਰਟ ਹੈਗਾ ਸੋ ਇਹ ਪੈਲਵਿਸ ਨੂੰ ਆਪਾਂ ਟ੍ਰਾਂਜ਼ੀਸ਼ਨਲ ਪਾਰਟ ਬੋਲਦੇ ਹਾਂ ਮਤਲਬ ਐਕਸੀਅਲ 'ਚ ਵੀ ਆਉਂਦਾ ਅਤੇ ਅਪੈਂਡੀਕੂਲਰ ਦੇ ਵਿੱਚ ਵੀ ਆਉਂਦਾ ਸੋ ਬਹੁਤ ਵਧੀਆ ਜੋ ਮੈਂ ਕਰਵਾਇਆ ਹੈ ਨਾ ਤੁਹਾਨੂੰ ਯਾਦ ਆ ਸੋ ਇਹਦਾ ਜਿਹੜਾ ਆਂਸਰ ਹੈਗਾ ਦੈਟ ਇਜ਼ ਬੀ ਪੈਲਵਿਸ ਸਕੈਪੂਲਾ ਸਾਨੂੰ ਪਤਾ ਸਕੈਪੂਲਾ ਕਾਹਦਾ ਪਾਰਟ ਹੁੰਦੀ ਹੈ ਸਾਡੀ ਅਪੈਂਡੀਕੂਲਰ ਦਾ ਐਂਡ ਮੈਂਡੇਬਲ ਜਿਹੜੀ ਹੈਗੀ ਹੈ ਸਾਡੀ ਐਕਸੀਅਲ ਬਾਡੀ ਦਾ ਪਾਰਟ ਸੋ ਨੈਕਸਟ ਕੁਐਸਚਨ ਤੇ ਆਉਂਦੇ ਹਾਂ ਠੀਕ ਹੈ ਹਾਊ ਮੈਨੀ ਬੋਨਸ ਆਰ ਦੇਅਰ ਇਨ ਹਿਊਮਨ ਸਕਲ ਸਾਡੀ ਜਿਹੜੀ ਖੋਪੜੀ ਆ ਉਹਦੇ ਵਿੱਚ ਕਿੰਨੀਆਂ ਹੱਡੀਆਂ ਨੇ ਠੀਕ ਹੈ ਬੜੇ ਚੰਗੇ ਤਰੀਕੇ ਨਾਲ ਆਪਾਂ ਪੜ੍ਹੀ ਸੀਗੀ ਸਭ ਤੋਂ ਪਹਿਲਾਂ ਆਪਸ਼ਨ ਸਾਡੇ ਕੋਲ ਆ ਗਿਆ 22 ਕੀ ਆਪਸ਼ਨ ਸਹੀ ਹੈ ਬਿਲਕੁਲ ਨਹੀਂ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ 24 ਸੀ ਆਪਸ਼ਨ ਕੀ ਉਸ ਆਪਸ਼ਨ ਸਹੀ ਹੈਗਾ ਬਿਲਕੁਲ ਨਹੀਂ 26 ਵੀ ਸਹੀ ਨਹੀਂ ਹੈਗਾ ਜਿਹੜਾ ਆਪਸ਼ਨ ਸਹੀ ਹੈਗਾ ਸਾਡੇ ਕੋਲ ਉਹ ਹੈਗਾ ਕਿਹੜਾ 28 ਮੈਂ ਦੱਸਿਆ ਸੀ ਸਾਡੇ ਜਿਹੜੀ ਕ੍ਰੇਨੀਅਮ ਆ ਕ੍ਰੇਨੀਅਮ ਦੇ ਵਿੱਚ ਕਿੰਨੀਆਂ ਹੁੰਦੀਆਂ ਕਿਉਂਕਿ ਆਪਾਂ ਇਹਨੂੰ ਜਿਹੜੀ ਸਕਲ ਆ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ ਕ੍ਰੇਨੀਅਮ ਦੇ ਵਿੱਚ ਸਾਡੇ ਕੋਲ ਕਿੰਨੀਆਂ ਹੁੰਦੀਆਂ ਨੇ ਕ੍ਰੇਨੀਅਮ ਦੇ ਵਿੱਚ ਸਾਡੇ ਕੋਲ 8 ਉਸ ਤੋਂ ਬਾਅਦ ਫੇਸ਼ੀਅਲ ਬੋਨ ਸਾਡੇ ਕੋਲ ਕਿੰਨੀਆਂ ਹੁੰਦੀਆਂ ਨੇ ਟੋਟਲ 14 ਤੇ ਇਸ ਦੇ ਵਿੱਚ ਸਾਡੇ ਕੋਲ ਕਿੰਨੀਆਂ ਹੁੰਦੀਆਂ ਨੇ ਟੋਟਲ 6 ਜਦੋਂ ਇਹਨਾਂ ਨੂੰ ਆਪਾਂ ਜੋੜ ਦਾਂਗੇ ਸਾਡੇ ਕੋਲ ਕਿੰਨੀਆਂ ਬਣ ਜਾਂਦੀਆਂ ਟੋਟਲ 28 ਠੀਕ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਵਿਚ ਆਫ ਦਾ ਫੋਲੋਇੰਗ ਬੋਨਸ ਇਜ਼ ਨਾਟ ਪਾਰਟ ਆਫ ਦਾ ਕ੍ਰੇਨੀਅਮ ਠੀਕ ਹੈ ਜੇ ਤੁਸੀਂ ਚੰਗੇ ਤਰੀਕੇ ਨਾਲ ਕ੍ਰੇਨੀਅਮ ਦੀ ਹੱਡੀਆਂ ਤੁਹਾਨੂੰ ਯਾਦ ਹੈਗੀਆਂ ਤਾਂ ਹੀ ਤੁਸੀਂ ਇਸ ਕੁਐਸਚਨ ਨੂੰ ਅਟੈਂਪਟ ਕਰ ਸਕਦੇ ਹੋ ਬੜਾ ਅੱਛਾ ਕੁਐਸਚਨ ਹੈਗਾ ਸੋ ਵਿਚ ਆਫ ਦਾ ਫੋਲੋਇੰਗ ਕਿਹੜੀ ਹੱਡੀ ਕ੍ਰੇਨੀਅਮ ਦਾ ਪਾਰਟ ਨਹੀਂ ਹੈ ਠੀਕ ਹੈ ਸੋ ਆਪਸ਼ਨ ਏ ਫਰੰਟਲ ਕੀ ਇਹ ਪਾਰਟ ਹੈਗੀ ਹੈ ਫਰੰਟਲ ਇਹ ਪਾਰਟ ਹੈਗੀ ਹੈ ਕ੍ਰੇਨੀਅਮ ਦਾ ਆਪਸ਼ਨ ਬੀ ਪ੍ਰਾਈਟਲ ਪ੍ਰਾਈਟਲ ਆਪਾਂ ਪੜ੍ਹੀਆਂ ਸੀ ਦੋ ਪ੍ਰਾਈਟਲ ਹੁੰਦੀਆਂ ਇੱਥੇ ਫਰੰਟਲ ਤੋਂ ਉੱਪਰ ਪ੍ਰਾਈਟਲ ਇਹ ਵੀ ਹੈਗਾ ਆਪਸ਼ਨ ਸੀ ਜ਼ਾਈਗੋਮੈਟਿਕ ਜ਼ਾਈਗੋਮੈਟਿਕ ਹੈਗੀ ਹੈ ਨੋ ਸਰ ਨੋ ਸਰ ਜਿਹੜੀ ਜ਼ਾਈਗੋਮੈਟਿਕ ਬੋਨ ਹੁੰਦੀ ਆ ਉਹ ਸਾਡੇ ਫੇਸ਼ੀਅਲ ਬੋਨ ਠੀਕ ਹੈ ਫੇਸ ਬੋਨ ਆ ਸੋ ਆਕਸੀਪਿਟਲ ਵੀ ਕੀ ਜਿਹੜੀ ਬੋਨ ਹੈਗੀ ਆ ਉਹ ਕ੍ਰੇਨੀਅਮ ਦਾ ਪਾਰਟ ਹੈਗੀ ਆ ਸੋ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜ਼ਾਈਗੋਮੈਟਿਕ ਠੀਕ ਹੈ ਜੀ ਨੈਕਸਟ ਚੱਲਦੇ ਹਾਂ ਆਪਾਂ How many bones make up the spinal column? ਠੀਕ ਹੈ ਕਿੰਨੀਆਂ ਹੱਡੀਆਂ ਮਿਲ ਕੇ ਸਪਾਈਨਲ ਕਾਲਮ ਬਣਾਉਂਦੀਆਂ ਨੇ ਠੀਕ ਹੈ ਆਪਾਂ ਪੜ੍ਹਿਆ ਸੀਗਾ ਸੋ ਆਪਸ਼ਨ ਦੇਖ ਲੈਂਦੇ ਸਭ ਤੋਂ ਪਹਿਲਾਂ ਸਾਡੇ ਕੋਲ A24 ਇਹ ਆਪਸ਼ਨ ਗਲਤ ਆ B26 ਹਲੇ ਨੂੰ ਛੇੜਦੇ ਨਹੀਂ ਹੈਗੇ ਆਪਾਂ ਠੀਕ ਹੈ C28 ਇਹ ਵੀ ਗਲਤ ਆ ਤੇ D30 ਇਹ ਵੀ ਗਲਤ ਆ ਸੋ ਆਪਸ਼ਨ B ਜਿਹੜਾ ਹੈਗਾ ਸਾਡਾ 26 ਇਹ ਸਹੀ ਆਪਸ਼ਨ ਹੈਗਾ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਕਿ C1 ਤੋਂ ਲੈ ਕੇ C7 ਤੱਕ ਸਾਡੇ ਕੋਲ ਕਿੰਨੇ ਵਰਟੀਬਰੇ ਹੁੰਦੇ ਆ ਸਾਡੇ ਕੋਲ 7 ਵਰਟੀਬਰੇ ਹੁੰਦੇ ਆ ਸੋ ਇੱਥੇ ਲਿਖ ਲੈਂਦੇ ਹਾਂ C1 to C7 ਇੱਕ ਮਿੰਟ ਠੀਕ ਹੈ ਜੀ C1 to C7 7 ਵਰਟੀਬਰੇ T1 ਤੋਂ ਲੈ ਕੇ T12 ਕਿੰਨੇ ਹੁੰਦੇ ਸਾਡੇ ਕੋਲ 12 ਵਰਟੀਬਰੇ L1 ਤੋਂ ਲੈ ਕੇ L5 ਕਿੰਨੇ ਹੁੰਦੇ ਸਾਡੇ ਕੋਲ 5 ਵਰਟੀਬਰੇ ਦੈਨ ਸਾਡੇ ਕੋਲ ਸੈਕਰਮ 1 ਤੇ ਕੋਕਿਕਸ 1 ਟੋਟਲ ਕਿੰਨੇ ਹੋ ਗਏ ਸਾਡੇ ਕੋਲ 7 ਤੇ 12 19 5 ਕਿੰਨੇ ਹੋ ਗਏ 19 5 24 ਤੇ 2 26 ਸੋ ਆਪਾਂ ਆਪਣੀ ਐਪਲੀਕੇਸ਼ਨ ਤੇ ਵੀ ਦੇਖ ਲੈਂਦੇ ਜਾ ਕੇ ਇੱਕ ਵਾਰੀ ਸੋ ਇਹ ਸਾਡੇ ਕੋਲ ਸਪਾਈਨਲ ਕਾਲਮ ਆ ਠੀਕ ਹੈ C1 to C7 ਤੱਕ ਸਾਡੇ ਕੋਲ ਹੋ ਗਏ 7
T1 ਤੋਂ T12 ਤੱਕ ਸਾਡੇ ਕੋਲ ਹੋਗੇ 12, L1 ਤੋਂ L5 ਤੱਕ ਸਾਡੇ ਕੋਲ ਹੋਗੇ 10 ਸੈਕਰਮ ਤੇ ਇੱਕ ਸਾਡੇ ਕੋਲ ਕੀ ਆ ਕੋਕਸ। ਕਲੀਅਰ ਹੈ ਜੀ। ਉਸ ਤੋਂ ਬਾਅਦ ਹੁਣ ਆਪਾਂ ਦੁਬਾਰਾ ਵਾਪਸ ਚੱਲਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ, ਵਿਚ ਬੋਨਸ ਆਰ ਕਲਾਸੀਫਾਈਡ ਐਜ ਏ ਪਾਰਟ ਆਫ ਐਕਸੀਅਲ ਸਕੈਲੇਟਲ। ਕਿਹੜੀ ਹੱਡੀ ਜਿਹੜੀ ਹੈਗੀ ਆ ਐਕਸੀਅਲ ਸਕੈਲੇਟਲ ਦਾ ਪਾਰਟ ਹੈਗੀ ਆ ਇਹਨਾਂ ਵਿੱਚੋਂ, ਠੀਕ ਹੈ। ਵਿਚ ਬੋਨਸ, ਕਿਹੜੀਆਂ ਹੱਡੀਆਂ, ਠੀਕ ਹੈ ਜੀ, ਐਕਸੀਅਲ ਸਕੈਲੇਟਲ ਦਾ ਪਾਰਟ ਹੈਗੀਆਂ ਨੇ। ਸੋ ਫੀਮਰ ਤੇ ਟਿਬੀਆ ਕੀ ਐਕਸੀਅਲ ਸਕੈਲੇਟਲ ਦਾ ਪਾਰਟ ਹੈ? ਨੋ ਸਰ। ਨੋ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਰੇਡੀਅਸ ਅਲਨਾ, ਕੀ ਇਹ ਐਕਸੀਅਲ ਸਕੈਲੇਟਨ ਦਾ ਪਾਰਟ ਹੈਗੀ ਹੈ? ਨੋ ਸਰ। ਕੀ ਐਪੈਂਡੀਕੂਲਰ ਦਾ ਪਾਰਟ ਹੈ? ਉਸ ਤੋਂ ਬਾਅਦ ਸੈਕਰਮ ਤੇ ਕੋਕਸ, ਕੀ ਇਹ ਐਕਸੀਅਲ ਸਕੈਲੇਟਨ ਦਾ ਪਾਰਟ ਹੈਗੀ ਹੈ? ਹਾਂਜੀ ਬਿਲਕੁਲ ਹੈਗੀ ਆ। ਐਂਡ ਕਲੈਵਿਕਲ ਐਂਡ ਸਕੈਪੂਲਾ ਵੀ ਸਾਡੀ ਕੀ ਹੈ? ਐਕਸੀਅਲ ਸਕੈਲੇਟਲ ਦਾ ਪਾਰਟ ਬਿਲਕੁਲ ਨਹੀਂ ਹੈਗੀ। ਸੋ ਆਪਸ਼ਨ ਨੰਬਰ ਸੀ, ਠੀਕ ਹੈ ਜੀ, ਆਪਸ਼ਨ ਨੰਬਰ ਸੀ, ਸੈਕਰਮ ਐਂਡ ਕੋਕਸ ਇਹ ਜਿਹੜੀ ਹੈ ਸਾਡੀ ਐਕਸੀਅਲ ਸਕੈਲੇਟਲ ਦਾ ਪਾਰਟ ਹੈਗੀ ਆ। ਉਸ ਤੋਂ ਬਾਅਦ ਅਗਲਾ ਕੁਐਸਚਨ, ਹਾਉ ਮੈਨੀ ਟ੍ਰਿਊ ਰਿਬਸ ਆਰ ਪ੍ਰੈਜੈਂਟ ਇਨ ਦਾ ਹਿਊਮਨ ਬਾਡੀ? ਕਿੰਨੀਆਂ ਟ੍ਰਿਊ ਰਿਬਸ ਸਾਡੇ ਹਿਊਮਨ ਬਾਡੀ ਦੇ ਵਿੱਚ ਹੁੰਦੀਆਂ ਨੇ? ਸਭ ਤੋਂ ਪਹਿਲਾਂ ਮੈਨੂੰ ਦੱਸੋ ਰਿਬਸ ਕਿੰਨੀਆਂ ਨੇ ਸਾਡੇ ਸਰੀਰ ਦੇ ਵਿੱਚ? 24। ਬਿਲਕੁਲ 24 ਰਿਬਸ ਨੇ, ਠੀਕ ਹੈ। ਤੇ ਉਹਦੇ ਵਿੱਚੋਂ ਟ੍ਰਿਊ ਰਿਬਸ ਕਿੰਨੀਆਂ ਹੁੰਦੀਆਂ ਨੇ ਬੱਚੇ? ਟ੍ਰਿਊ ਰਿਬਸ ਅਸੀਂ ਪੜ੍ਹੀਆਂ ਸੀਗੀਆਂ ਕਿ ਸਾਡੇ ਕੋਲ ਕਿੰਨੀਆਂ ਨੇ ਦੱਸੋ? 7 ਪਲੱਸ 7, ਠੀਕ ਹੈ ਜੀ। ਰਾਈਟ ਸਾਈਡ ਦੀਆਂ 7, ਲੈਫਟ ਸਾਈਡ ਦੀਆਂ 7, ਇਹਨੂੰ ਪਲੱਸ ਕਰ ਦਈਏ ਤੇ ਸਾਡੇ ਕੋਲ ਕੀ ਆਉਂਦਾ? 40। ਤੇ ਫਾਲਸ ਰਿਬਸ ਕਿੰਨੀਆਂ ਹੁੰਦੀਆਂ ਸਾਡੇ ਕੋਲ? 5 + 5, ਠੀਕ ਹੈ ਜੀ। 5 + 5 = 10, ਟੋਟਲ ਰਿਬਸ ਸਾਡੇ ਕੋਲ ਹੋ ਗਈਆਂ 24। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈਗਾ ਸਾਡੇ ਕੋਲ 40, ਠੀਕ ਹੈ। ਸੋ ਆਪਾਂ ਇੱਕ ਵਾਰੀ ਆਪਣੇ ਮਾਡਲ ਤੇ ਵੀ ਚੱਲਦੇ ਹਾਂ, ਦੇਖ ਲੈਂਦੇ ਹਾਂ, ਠੀਕ ਹੈ, ਕਿਉਂਕਿ ਇਹ ਵੀਡੀਓ ਮੈਂ ਯੂਟਿਊਬ ਤੇ ਵੀ ਪਾਉਣਾ, ਅਪਲੋਡ ਕਰਨਾ ਹੈਗਾ। ਸੋ ਇਸ ਕਰਕੇ ਥੋੜ੍ਹਾ ਜਿਹਾ ਆਪਾਂ ਮਾਡਲ ਤੇ ਵੀ ਚੱਲ ਜਾਂਦੇ ਹਾਂ। ਸੋ ਆਹ ਵੇਖੋ ਇੱਥੇ ਸਾਡੇ ਕੋਲ ਕਲਿੱਕ ਕਰਨਾ, ਰਿਬ ਨੰਬਰ 1, 2, 3, 4, 5, 6, 7, ਇਹ ਕੀ ਹੈ ਸਾਡੇ ਕੋਲ? ਟ੍ਰਿਊ ਰਿਬਸ। ਟ੍ਰਿਊ ਰਿਬਸ ਕਿਉਂ ਬੋਲਦੇ ਹਾਂ ਟ੍ਰਿਊ ਰਿਬਸ ਨੂੰ? ਕਿਉਂਕਿ ਇਹ ਡਾਇਰੈਕਟਲੀ ਆਰਟੀਕੂਲੇਟ ਕਰਦੀ ਹੈ, ਡਾਇਰੈਕਟਲੀ ਜੋੜ ਬਣਾਉਂਦੀ ਆ ਤੁਹਾਡੀ ਸਟਰਨਮ ਦੇ ਨਾਲ, ਇਸ ਕਰਕੇ ਇਹਨਾਂ ਨੂੰ ਟ੍ਰਿਊ ਰਿਬਸ ਬੋਲਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਅਗਲੀਆਂ ਬੱਚੀਆਂ ਜਿਹੜੀਆਂ ਹੈਗੀਆਂ ਫਾਲਸ ਰਿਬਸ, ਠੀਕ ਆ, 1, 2, 3, 4 ਤੇ ਆ 5, 1, 2, 3, 4 ਤੇ 5। ਸੋ ਲਾਸਟ ਆ ਜਿਹੜੀ 5 ਬੱਚੀਆਂ ਹੈਗੀਆਂ, 7 ਤੋਂ ਬਾਅਦ ਜਿਹੜੀ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਫਾਲਸ ਰਿਬਸ, ਠੀਕ ਹੈ ਜੀ। ਜਿਹੜੀਆਂ 2 ਹੁੰਦੀਆਂ, 11ਵੀਂ ਤੇ 12ਵੀਂ ਰਿਬਸ ਹੁੰਦੀ ਆ, ਉਹਨੂੰ ਫਲੋਟਿੰਗ ਵੀ ਬੋਲਦੇ ਆ, ਠੀਕ ਹੈ ਜੀ। ਇਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਲੈਕਚਰ ਦੇ ਵਿੱਚ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ ਕਰਦੇ ਹਾਂ। ਸੋ ਨੈਕਸਟ ਕੁਐਸਚਨ ਆ ਰਿਹਾ ਜੀ, ਵਿਚ ਬੋਨ ਇਜ਼ ਨਾਟ ਇਨਕਲੂਡਿਡ ਇਨ ਅਪੈਂਡੀਕੂਲਰ ਸਕੈਲੇਟਨ, ਠੀਕ ਹੈ ਜੀ। ਕਿਹੜੀ ਹੱਡੀ ਇਹਨਾਂ ਵਿੱਚੋਂ ਅਪੈਂਡੀਕੂਲਰ ਸਕੈਲੇਟਨ ਦਾ ਪਾਰਟ ਨਹੀਂ ਹੈਗੀ, ਠੀਕ ਹੈ? ਕੀ ਹਿਊਮਰਸ ਅਪੈਂਡੀਕੂਲਰ ਸਕੈਲੇਟਨ ਦਾ ਪਾਰਟ ਹੈਗੀ ਹੈ? ਬਿਲਕੁਲ ਹੈਗੀ ਆ। ਕੀ ਰੇਡੀਅਸ ਜਿਹੜੀ ਹੈਗੀ ਆ ਉਹ ਅਪੈਂਡੀਕੂਲਰ ਸਕੈਲੇਟਨ ਦਾ ਪਾਰਟ ਹੈਗੀ ਆ? ਬਿਲਕੁਲ ਹੈਗੀ ਆ।
ਕਿ ਮੈਟਾਕਾਰਪਲਸ ਜਿਹੜੀ ਹੈਗੇ ਨੇ ਉਹ ਅਪੈਂਡੀਕੁਲਰ ਸਕੈਲੇਟਨ ਦਾ ਪਾਰਟ ਹੈਗੀ ਆ? ਬਿਲਕੁਲ ਹੈਗੀ ਆ। ਤੇ ਜਿਹੜੀ ਸਟਰਨਮ ਆ ਸਾਡੀ, ਸਟਰਨਮ ਸਾਡੀ ਐਕਸੀਅਲ ਬਾਡੀ ਦਾ ਪਾਰਟ ਆ, ਐਕਸੀਅਲ ਸਕੈਲੇਟਨ ਦਾ ਪਾਰਟ ਆ, ਠੀਕ ਹੈ। ਸੋ ਇਸ ਕਰਕੇ ਜਿਹੜਾ ਇਹਦਾ ਆਪਸ਼ਨ ਸੀ ਹੈਗਾ ਇਹ ਰਾਈਟ ਹੋ ਜਾਣਾ, ਠੀਕ ਹੈ। ਤੁਸੀਂ ਜਿਹੜਾ ਕੁਇਜ਼ ਅਟੈਂਪਟ ਕੀਤਾ ਆਪਣੀ ਜਿਹੜੀ ਗਲਤੀਆਂ ਹੈਗੀਆਂ ਉਹ ਦੇਖ ਲੈਣੀਆਂ ਇੱਥੇ, ਠੀਕ ਹੈ। ਜੇ ਨਹੀਂ ਕੁਛ ਪਤਾ ਲੱਗ ਰਿਹਾ ਤੁਸੀਂ ਪੁੱਛ ਸਕਦੇ ਹੋ, ਓਕੇ। ਸੋ ਅਗਲਾ ਕੁਐਸਚਨ, ਵਿਚ ਪਾਰਟ ਆਫ ਐਕਸੀਅਲ ਬਾਡੀ ਇਨਕਲੂਡਸ ਦਾ ਇੰਟਰ ਸਕੈਪੂਲਰ ਰੀਜਨ? ਹੁਣ ਇਹਦਾ ਜਵਾਬ ਤੁਸੀਂ ਦੇਣਾ, ਦਓ ਇਹਦਾ ਜਵਾਬ। 30 seconds ਆ ਤੁਹਾਡੇ ਕੋਲ, 30 seconds ਹੈ ਤੁਹਾਡੇ ਕੋਲ। ਮੈਂ ਆਪਣੇ ਇੱਧਰ ਵੀ ਸੈਸ਼ਨ ਲਗਾ ਲੈਂਦਾ। ਬੋਲੋ ਇਹਦਾ ਸਹੀ ਜਵਾਬ ਕੀ ਹੈ? ਸਰ ਮੇਰਾ ਇਹ ਕੁਐਸਚਨ ਵੈਸੇ ਹੀ ਗਲਤ ਸੀ। ਸਰ ਮੈਂ ਅਟੈਂਪਟ ਨਹੀਂ ਕੀਤਾ ਤਾਂ ਇਹ। ਕਿਉਂ ਅਟੈਂਪਟ ਕਿਉਂ ਨਹੀਂ ਕੀਤਾ ਤੁਸੀਂ ਇਹ ਕੁਐਸਚਨ? ਮੈਨੂੰ ਲੱਗਿਆ, ਮੈਂ ਕਿਹਾ ਮੈਂ ਚਲੋ ਬਾਅਦ ਚ ਕਰ ਦਿੰਦੀ ਆ ਵੀ ਮੈਨੂੰ ਆਉਂਦਾ ਨਹੀਂ ਹੈਗਾ। ਫਿਰ ਮੈਨੂੰ ਤਾਂ ਬਸ ਯਾਦ ਹੀ ਭੁੱਲ ਗਿਆ, ਮੈਂ ਸਿੱਧਾ ਜਾ ਕੇ ਓਕੇ ਕਰ ਦਿੱਤਾ। ਨਹੀਂ ਅਟੈਂਪਟ ਕਰਿਆ ਕਰੋ, ਚਾਹੇ ਉਹ ਗਲਤ ਆ, ਕਿਉਂਕਿ ਜਦੋਂ ਆਪਾਂ ਕਰਾਂਗੇ ਨਾ ਤਾਂ ਹੀ ਆਪਾਂ ਸਿੱਖਾਂਗੇ। ਜੇ ਆਪਾਂ ਕਰਾਂਗੇ ਹੀ ਨਹੀਂ ਤੇ ਫਿਰ ਸਿੱਖਾਂਗੇ ਕਿਵੇਂ, ਹੈਨਾ। ਸੋ ਕੁਐਸਚਨ ਹੈਗਾ, ਵਿਚ ਪਾਰਟ ਆਫ ਦਾ ਐਕਸੀਅਲ ਬਾਡੀ ਇਨਕਲੂਡਸ ਦਾ ਇੰਟਰ ਸਕੈਪੂਲਰ ਰੀਜਨ? ਇੰਟਰ ਸਕੈਪੂਲਰ ਰੀਜਨ ਕੀ ਹੈਗਾ? ਦੋ ਸਕੈਪੂਲਾ ਦੇ ਵਿੱਚ ਜਿਹੜਾ ਰੀਜਨ ਹੁੰਦਾ ਉਹਨੂੰ ਕੀ ਬੋਲਦੇ ਆ ਆਪਾਂ? ਇੰਟਰ ਸਕੈਪੂਲਰ। ਇੰਟਰ ਦਾ ਮਤਲਬ ਦੋਵਾਂ ਦੇ ਵਿੱਚ। ਸੋ ਕਿਹੜੀਆਂ ਹੱਡੀਆਂ ਜਿਹੜੀਆਂ ਹੈਗੀਆਂ, ਵਿਚ ਪਾਰਟ ਆਫ ਐਕਸੀਅਲ ਬਾਡੀ ਇਨਕਲੂਡਸ ਦਾ ਇੰਟਰ ਸਕੈਪੂਲਰ ਰੀਜਨ? ਨੈਕ, ਟਰੰਕ, ਹੈਡ ਕਿ ਅਪਰ ਐਕਸਟ੍ਰੀਮਿਟੀ? ਜਿਹੜੀ ਤੁਹਾਡੀ, ਮੈਂ ਹੁਣ ਦਿਖਾਉਣਾ ਤੁਹਾਨੂੰ ਇੱਕ ਕੁਐਸਚਨ, ਇੱਕ ਮਿੰਟ ਰੁਕੋ ਜਸਟ, ਇਹ ਮੈਨੂੰ ਜੁਆਇਨ ਕਰਨ ਦਿਓ। ਸੋ ਇੱਕ ਮਿੰਟ, ਤੁਸੀਂ ਇੱਦਾਂ ਕਰੋ, ਕਿਸੇ ਦਾ ਮਾਈਕ ਆਨ ਤਾਂ ਨਹੀਂ ਤੁਹਾਡੇ ਵਿੱਚੋਂ, ਕਿਉਂਕਿ ਮੈਨੂੰ ਆਵਾਜ਼ ਡਬਲ ਆ ਰਹੀ ਹੈ। ਤੁਹਾਨੂੰ ਵੀ ਤਾਂ ਨਹੀਂ ਆ ਰਹੀ ਆਵਾਜ਼ ਡਬਲ? ਹਾਂਜੀ ਸਰ, ਸ਼ੁਰੂ ਤੋਂ ਹੀ ਆ ਰਹੀ ਹੈ। ਨੋ ਸਰ, ਹੁਣ ਆਣੀ ਸ਼ੁਰੂ ਹੋਈ? ਓਕੇ, ਹਾਂਜੀ। ਚਲੋ ਮੈਂ ਇਧਰੋਂ ਬੰਦ ਕਰਦਾ, ਠੀਕ ਹੈ। ਸੋ ਇਹ ਪੁੱਛ ਰਿਹਾ, ਵਿਚ ਪਾਰਟ ਆਫ ਦਾ ਐਕਸੀਅਲ ਬਾਡੀ ਇਨਕਲੂਡਸ ਇੰਟਰ ਸਕੈਪੂਲਰ ਰੀਜਨ? ਜਿਹੜੀ ਤੁਹਾਡੀ ਸਕੈਪੂਲਾ ਹੈਗੀ ਆ ਉਹ ਕਿਸ ਰੀਜਨ ਦੇ ਵਿੱਚ ਹੁੰਦੀ ਆ, ਠੀਕ ਆ? ਕੀ ਉਹ ਨੈਕ ਦੇ ਵਿੱਚ ਹੁੰਦੀ ਆ ਤੁਹਾਡੀ ਸਕੈਪੂਲਾ? ਦੱਸੋ, ਨੈਕ ਤੇ ਹੈਗੀ ਸਕੈਪੂਲਾ? ਹੁਣ ਮੈਂ ਇੱਥੇ ਤੁਹਾਨੂੰ ਮਾਡਲ ਤੇ ਲੈ ਕੇ ਜਾਣਾ, ਜਸਟ ਇੱਕ ਮਿੰਟ। ਕੀ ਤੁਹਾਡੀ ਜਿਹੜੀ ਸਕੈਪੂਲਾ, ਜਿੱਦਾਂ ਹੁਣ ਇੰਟਰ ਸਕੈਪੂਲਰ ਰੀਜਨ ਕੀ ਆ, ਮੈਂ ਇੱਥੇ ਮਾਰਕ ਕਰ ਰਿਹਾ। ਸੋ ਆਹ ਜਿਹੜਾ ਰੀਜਨ ਦੇਖ ਰਹੇ ਹੋ, ਆਹ ਸਕੈਪੂਲਾ ਤੇ ਆਹ ਵਾਲੀ ਸਕੈਪੂਲਾ, ਇਹਨਾਂ ਦੋਵਾਂ ਦੇ ਵਿੱਚ ਜਿਹੜਾ ਰੀਜਨ ਆ ਉਹ ਕਿਹੜਾ ਹੈਗਾ? ਦੱਸੋ, ਕੀ ਉਹ ਨੈਕ ਆ? ਨੈਕ ਦੇ ਵਿੱਚ ਹੈਗੀ ਹੈ? ਨੈਕ ਤਾਂ ਸਾਡੀ ਆਹ ਹੈ, ਆਹ ਨੈਕ ਆ, ਠੀਕ ਆ। ਦੂਸਰਾ ਆਪਸ਼ਨ ਕਿਹੜਾ ਸੀਗਾ? ਟਰੰਕ। ਟਰੰਕ ਜਿਹੜਾ ਹੈਗਾ, ਜਿਹੜਾ ਦੂਸਰਾ ਆਪਸ਼ਨ ਸੀਗਾ, ਮੈਂ ਦੁਬਾਰਾ ਕੁਐਸਚਨ ਤੇ ਚੱਲਦਾ, ਇੱਕ ਮਿੰਟ ਦਿਓ ਮੈਨੂੰ, ਦੁਬਾਰਾ ਆਵਾਂਗੇ ਆਪਾਂ ਕੁਐਸਚਨ ਤੇ ਚੱਲਦਾ। ਦੂਸਰਾ ਆਪਸ਼ਨ ਹੈਗਾ ਹੈਡ, ਸੋਰੀ ਟਰੰਕ। ਜਿਹੜਾ ਟਰੰਕ ਹੈਗਾ ਉਹਦੇ ਵਿੱਚ ਇੰਟਰ ਸਕੈਪੂਲਰ ਰੀਜਨ ਬਿਲਕੁਲ ਹੈਗਾ। ਜੇ ਆਪਾਂ ਗੱਲ ਕਰੀਏ ਹੈਡ ਦੀ, ਹੈਡ ਦੇ ਵਿੱਚ ਥੋੜੀ ਹੈਗੀ ਹੈ ਸਾਡੀ ਸਕੈਪੂਲਾ,
ਠੀਕ ਹੈ। ਉਸ ਤੋਂ ਬਾਅਦ ਲਾਸਟ ਹੈ ਸਾਡੇ ਕੋਲ ਡੀ ਆਪਸ਼ਨ, ਅਪਰ ਐਕਸਟ੍ਰੀਮਿਟੀਜ਼। ਅਪਰ ਐਕਸਟ੍ਰੀਮਿਟੀਜ਼ ਤਾਂ ਉਦਾਂ ਹੀ ਨਹੀਂ ਹੁੰਦੀ। ਸੋ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਕੀ ਹੈ ਸਾਡਾ, ਦੱਸੋ? ਟਰੰਕ। ਟਰੰਕ, ਠੀਕ ਹੈ ਜੀ। ਉਹਨੇ ਕੀ ਪੁੱਛਿਆ, ਵਿਚ ਪਾਰਟ ਆਫ ਦਾ ਐਕਸੀਅਲ ਬਾਡੀ ਇਨਕਲੂਡਸ, ਐਕਸੀਅਲ ਬਾਡੀ ਪੁੱਛੀ ਉਹਨੇ, ਠੀਕ ਹੈ, ਇਨਕਲੂਡਸ ਦਾ ਇੰਟਰਸਕੈਪੂਲਰ ਰੀਜਨ। ਸੋ ਐਕਸੀਅਲ ਬਾਡੀ ਤਾਂ ਸਾਡੇ ਕੋਲ ਟਰੰਕ ਹੀ ਹੈ, ਠੀਕ ਹੈ। ਸੋ ਟਰੰਕ ਇਹਦਾ ਰਾਈਟ ਆਪਸ਼ਨ ਆ। ਹਾਊ ਮੈਨੀ ਫੈਲੇਂਜਿਸ ਆਰ ਪ੍ਰੈਜੈਂਟ ਇਨ ਦਾ ਅਪੈਂਡੀਕੁਲਰ ਸਕੈਲੇਟਨ, ਟੋਟਲ ਪੁੱਛਿਆ ਉਹਨੇ, ਇਹ ਨਾ ਕਹੀਓ ਕਿ ਇੱਕ ਹੱਥ ਦੇ ਵਿੱਚ ਕਿੰਨੀਆਂ ਹੁੰਦੀਆਂ। ਉਹਨੇ ਪੁੱਛਿਆ ਹਾਊ ਮੈਨੀ ਫੈਲੇਂਜਿਸ ਆਰ ਪ੍ਰੈਜੈਂਟ ਇਨ ਦਾ ਅਪੈਂਡੀਕੁਲਰ ਸਕੈਲੇਟਨ। ਇੱਕ ਹੱਥ ਦੇ ਵਿੱਚ ਕਿੰਨੀਆਂ ਹੁੰਦੀਆਂ? 14। ਦੂਸਰੇ ਹੱਥ 'ਚ ਕਿੰਨੀਆਂ ਹੁੰਦੀਆਂ? 14। 14 ਕਿੰਨੀਆਂ ਹੋ ਗਈਆਂ? ਕਰ ਰਿਹਾ ਠੀਕ ਹੈ ਜੀ। ਪਹਿਲਾਂ ਆਪਾਂ ਗੱਲ ਕਰਦੇ ਹੈਂਡ ਦੀ, ਹੈਂਡ ਦੇ ਵਿੱਚ ਹੋ ਗਈਆਂ ਸਾਡੇ ਕੋਲ 14 + 14 = 28। ਫਿਰ ਆਪਾਂ ਗੱਲ ਕਰ ਲੈਂਦੇ ਹਾਂ ਫੁੱਟ ਦੀ, ਫੁੱਟ ਦੇ ਵਿੱਚ, ਪੈਰਾਂ ਦੇ ਵਿੱਚ 14 + 14 ਕਿੰਨੀ ਹੋ ਗਈ? 28। 28 + 28 ਕਿੰਨਾ ਹੋ ਗਿਆ ਦੱਸੋ? 56। ਸੋ ਆਨਸਰ ਕੀ ਹੈ? 56, ਠੀਕ ਹੈ। ਇਹ ਕੋਈ ਝੁੱਡੂ ਕੁਐਸਚਨ ਨਹੀਂ ਹੈਗੇ, ਬਹੁਤ ਵਧੀਆ ਕੁਐਸਚਨ ਹੈਗੇ ਆ, ਠੀਕ ਹੈ। ਜੇ ਤੁਸੀਂ 21 ਕੁਐਸਚਨ ਸਹੀ ਕਰ ਰਹੇ ਹੋ, 17 ਕੁਐਸਚਨ ਸਹੀ ਕਰ ਰਹੇ ਹੋ, ਤੇ ਮੈਂ ਤੁਹਾਨੂੰ ਵਧਾਈ ਦਿੰਦਾ, ਠੀਕ ਹੈ, ਬਹੁਤ ਵਧੀਆ ਆ, ਠੀਕ ਹੈ ਨਾ। ਹੌਲੀ ਹੌਲੀ ਹੋਰ ਇੰਪਰੂਵ ਕਰੋਗੇ। ਸੋ ਵਿਚ ਆਫ ਦਾ ਫੋਲੋਇੰਗ ਇਜ਼ ਪਾਰਟ ਆਫ ਦਾ ਅਪਰ ਐਕਸਟ੍ਰੀਮਿਟੀ, ਠੀਕ ਹੈ, ਇਹਨਾਂ ਵਿੱਚੋਂ ਕਿਹੜੀ ਜਿਹੜੀ ਹੱਡੀ ਆ ਉਹ ਅਪਰ ਐਕਸਟ੍ਰੀਮਿਟੀ ਦਾ ਪਾਰਟ ਹੈਗੀ ਆ? ਕੀ ਪੈਲਵਿਸ ਅਪਰ ਐਕਸਟ੍ਰੀਮਿਟੀ ਦਾ ਪਾਰਟ ਹੈ? ਨਹੀਂ, ਪੈਲਵਿਸ ਲੋਅਰ ਐਕਸਟ੍ਰੀਮਿਟੀ ਦਾ ਪਾਰਟ ਹੈ। ਪਟੇਲਾ ਅਪਰ ਐਕਸਟ੍ਰੀਮਿਟੀ ਦਾ ਪਾਰਟ ਹੈ? ਨਹੀਂ, ਪਟੇਲਾ ਲੋਅਰ ਐਕਸਟ੍ਰੀਮਿਟੀ ਦਾ ਪਾਰਟ ਹੈ। ਟਾਰਸਲਸ ਅਪਰ ਐਕਸਟ੍ਰੀਮਿਟੀ ਦਾ ਪਾਰਟ ਹੈ? ਟਾਰਸਲਸ ਲੋਅਰ ਐਕਸਟ੍ਰੀਮਿਟੀ ਦਾ ਪਾਰਟ ਹੈ। ਤੇ ਅਪਰ ਐਕਸਟ੍ਰੀਮਿਟੀ ਦਾ ਪਾਰਟ ਕੀ ਹੈ ਸਾਡੇ ਕੋਲ? ਆਪਸ਼ਨ ਸਕੈਪੂਲਾ। ਓਕੇ, ਨੈਕਸਟ ਸਾਡੇ ਕੋਲ ਵਿਚ ਬੋਨ ਇਜ਼ ਨਾਟ ਪਾਰਟ ਆਫ ਦਾ ਫੇਸ਼ੀਅਲ ਬੋਨ? ਫੇਸ਼ੀਅਲ ਬੋਨ ਦਾ ਇਹਨਾਂ ਚੋਂ ਕਿਹੜੀ ਫੇਸ਼ੀਅਲ ਬੋਨ ਨਹੀਂ ਹੈਗੀ, ਇਹ ਦੱਸਣਾ ਤੁਸੀਂ। ਵਿਚ ਬੋਨ ਇਜ਼ ਨਾਟ ਪਾਰਟ ਆਫ ਫੇਸ਼ੀਅਲ ਬੋਨ, ਇਹਨਾਂ ਦੇ ਵਿੱਚੋਂ ਫੇਸ਼ੀਅਲ ਬੋਨ ਕਿਹੜੀ ਨਹੀਂ ਹੈਗੀ? ਕੀ ਜਿਹੜੀ ਸਾਡੀ ਨੈਸਲ ਹੈਗੀ ਆ ਇਹ ਫੇਸ਼ੀਅਲ ਬੋਨ ਹੈਗੀ ਆ? ਦੱਸੋ, ਨੈਸਲ ਬਿਲਕੁਲ ਹੈਗੀ ਹੈ ਜੀ, ਮਤਲਬ ਇਹ ਪਾਰਟ ਹੈ। ਕੀ ਸਾਡੀ ਮੈਂਡੇਬਲ ਜਿਹੜੀ ਹੈਗੀ ਆ, ਕੀ ਇਹ ਫੇਸ਼ੀਅਲ ਬੋਨ ਹੈਗੀ ਆ? ਬਿਲਕੁਲ ਹੈਗੀ ਆ ਮੈਂਡੇਬਲ, ਫੇਸ਼ੀਅਲ ਬੋਨ। ਕੀ ਸਾਡੀ ਐਥਮੋਇਡ ਜਿਹੜੀ ਹੈਗੀ ਆ ਇਹ ਫੇਸ਼ੀਅਲ ਬੋਨ ਹੈਗੀ ਆ? ਨੋ ਸਰ, ਨੋ, ਨਹੀਂ। ਐਥਮੋਇਡ ਕਾਹਦੀ ਬੋਨ ਹੈ? ਸਾਡੀ ਕ੍ਰੇਨੀਅਮ ਦੀ ਬੋਨ ਹੈ। ਸੋ ਪੈਲੇਟਾਈਨ ਜਿਹੜੀ ਹੈਗੀ ਆ ਉਹ ਵੀ ਸਾਡੀ ਕਿਹੜੀ ਆ? ਫੇਸ਼ੀਅਲ ਬੋਨ ਹੈਗੀ ਆ, ਠੀਕ ਹੈ ਜੀ। ਸੋ ਇਹਦਾ ਰਾਈਟ ਆਨਸਰ ਕੀ ਆ? ਐਥਮੋਇਡ। ਦੇਖੋ ਤੁਹਾਨੂੰ ਨਾਮ ਯਾਦ ਹੋ ਗਏ ਹੈ ਨਾ, ਬੇਸਿਕਲੀ ਜੇ ਕੁਐਸਚਨ ਆ ਜਾਵੇ ਤੁਹਾਨੂੰ ਤੇ ਤੁਸੀਂ ਬੜੇ ਆਰਾਮ ਨਾਲ ਅਟੈਂਪਟ ਕਰ ਸਕਦੇ ਹੋ। ਅਗਲਾ ਕੁਐਸਚਨ, ਵਿਚ ਬੋਨ ਇਜ਼ ਲੋਕੇਟਿਡ ਇਨ ਦਾ ਲੋਅਰ ਐਕਸਟ੍ਰੀਮਿਟੀ? ਹੁਣ ਉਹਨੇ ਪੁੱਛ ਲਿਆ, ਪਹਿਲਾਂ ਅਪਰ ਐਕਸਟ੍ਰੀਮਿਟੀ ਦਾ ਪੁੱਛਿਆ ਸੀਗਾ, ਹੁਣ ਲੋਅਰ ਐਕਸਟ੍ਰੀਮਿਟੀ ਪੁੱਛ ਲਿਆ ਕਿ ਕਿਹੜੀ ਬੋਨ ਸਾਡੀ ਲੋਅਰ ਐਕਸਟ੍ਰੀਮਿਟੀ ਦੇ ਵਿੱਚ ਹੁੰਦੀ ਹੈ। ਹਿਊਮਰਸ ਤੁਸੀਂ ਜਾਣਦੇ ਹੋ ਸਾਡੀ ਅਪਰ ਐਕਸਟ੍ਰੀਮਿਟੀ ਦਾ ਪਾਰਟ ਹੈ। ਰੇਡੀਅਸ ਤੁਸੀਂ ਜਾਣਦੇ ਹੋ ਸਾਡੀ ਅਪਰ ਐਕਸਟ੍ਰੀਮਿਟੀ ਦਾ ਪਾਰਟ ਹੈ, ਫੋਰਆਰਮ ਦੇ ਵਿੱਚ ਹੁੰਦੀ ਹੈ।
ਐਂਡ ਸਕੈਪੀਲਾ ਤੁਸੀਂ ਜਾਣਦੇ ਹੋ ਕਿ ਇਹ ਵੀ ਇੱਕ ਅਪਰ ਐਕਸਟ੍ਰੀਮਿਟੀ ਦਾ ਪਾਰਟ ਹੈ। ਸੋ ਆਪਸ਼ਨ ਸੀ ਇਹਦੇ ਵਿੱਚ ਜਿਹੜਾ ਹੈਗਾ ਸਾਡਾ ਦੈਟ ਇਜ਼ ਟਿਬੀਆ, ਉਹ ਕੀ ਹੈ ਸਾਡੀ ਲੋਅਰ ਐਕਸਟ੍ਰੀਮਿਟੀ ਦਾ ਪਾਰਟ। ਕਲੀਅਰ ਹੈ? ਓਕੇ, ਅੱਗੇ ਚੱਲਦੇ ਹਾਂ। ਵਿਚ ਬੋਨ ਫੋਰਮਸ ਦਾ ਪੋਸਟੀਰੀਅਰ ਪਾਰਟ ਆਫ ਦਾ ਐਕਸੀਅਲ ਸਕੈਲੇਟਨ? ਠੀਕ ਹੈ ਜੀ, ਵਿਚ ਬੋਨ ਫੋਰਮਸ ਦਾ ਪੋਸਟੀਰੀਅਰ ਪਾਰਟ ਆਫ ਦਾ ਐਕਸੀਅਲ ਸਕੈਲੇਟਨ? ਠੀਕ ਹੈ, ਇਹਦੇ ਵਿੱਚ ਕੀ ਆ, ਆਹ ਜਿਹੜਾ ਵਰਡ ਹੈਗਾ ਪੋਸਟੀਰੀਅਰ ਪਾਰਟ, ਕਿਹੜੀ ਬੋਨ ਜਿਹੜੀ ਹੈਗੀ ਆ ਉਹ ਪੋਸਟੀਰੀਅਰ ਪਾਰਟ ਬਣਾਉਂਦੀ ਆ ਐਕਸੀਅਲ ਸਕੈਲੇਟਨ ਦਾ। ਕਦੀ ਵੀ ਤੁਸੀਂ ਕੁਐਸਚਨ ਜਦੋਂ ਅਟੈਂਪਟ ਕਰ ਰਹੇ ਹੋ ਹੈ ਨਾ, ਉਹਦੇ ਵਿੱਚ ਜਿਹੜਾ ਮੇਨ ਜਿਹੜਾ ਵਰਡ ਹੈਗਾ ਉਹਨੂੰ ਆਪਾਂ ਮਾਰਕ ਕਰ ਲੈਣਾ। ਠੀਕ ਆ, ਹੁਣ ਇਹਦੇ ਵਿੱਚ ਦੇਖੋ ਦੋ ਮੇਨ ਵਰਡਸ ਹੈਗੇ ਆ, ਇੱਕ ਤਾਂ ਐਕਸੀਅਲ ਸਕੈਲੇਟਲ ਆ ਗਿਆ, ਇੱਕ ਆ ਗਿਆ ਪੋਸਟੀਰੀਅਰ ਪਾਰਟ। ਠੀਕ ਆ, ਤੇ ਉਸ ਤੋਂ ਬਾਅਦ ਆਪਣਾ ਇੱਕ ਆ ਬੋਨ ਪੁੱਛ ਲਈਆ। ਠੀਕ ਆ, ਹੁਣ ਦੱਸੋ ਇਹਦੇ ਵਿੱਚ ਕਿਹੜੀ ਬੋਨ ਹੈਗੀ ਆ ਜਿਹੜਾ ਪੋਸਟੀਰੀਅਰ ਪਾਰਟ ਐਕਸੀਅਲ ਸਕੈਲੇਟਲ ਦਾ ਫਾਰਮ ਕਰਦੀ ਆ? ਕੀ ਕਲੈਵੀਕਲ ਹੈਗੀ ਆ? ਕਲੈਵੀਕਲ ਤਾਂ ਕਲੈਵੀਕਲ ਐਕਸੀਅਲ ਸਕੈਲੇਟਲ ਦਾ ਉਦੋਂ ਨਹੀਂ ਪਾਰਟ ਹੈਗਾ। ਠੀਕ ਹੈ ਨਾ, ਕਲੈਵੀਕਲ ਕਿਹਦੀ ਹੁੰਦੀ ਆ, ਐਕਸੀਅਲ ਦੀ ਹੁੰਦੀ ਆ, ਅਪੈਂਡੀਕੂਲਰ ਦੀ ਹੁੰਦੀ ਆ, ਅਪੈਂਡੀਕੂਲਰ ਦੀ ਹੁੰਦੀ ਆ। ਕੀ ਸਟਰਨਮ ਹੈਗੀ ਆ? ਨੋ ਸਰ। ਨੋ ਸਰ, ਬਿਲਕੁਲ, ਕਿਉਂਕਿ ਸਟਰਨਮ ਵੀ ਅੱਗੇ ਹੁੰਦੀ ਆ। ਠੀਕ ਹੈ ਜੀ, ਕੀ ਸੈਕਰਮ ਹੈਗੀ ਆ? ਯੈਸ ਸਰ, ਯੈਸ ਸਰ, ਸੈਕਰਮ 100% ਹੈ, ਕਿਉਂਕਿ ਜਿਹੜੀ ਸੈਕਰਮ ਹੈਗੀ ਆ ਆਪਾਂ ਮਾਡਲ ਤੇ ਚੱਲਦੇ ਆ। ਠੀਕ ਹੈ ਜੀ, ਆਹ ਤੁਸੀਂ ਦੇਖ ਰਹੇ ਹੋ ਪੋਸਟੀਰੀਅਰ, ਪੋਸਟੀਰੀਅਰ ਮਤਲਬ ਪਿਛਲਾ ਪਾਰਟ। ਹੁਣ ਆਹ ਜਿਹੜੀ ਬੋਨ ਆ ਇਹ ਕੀ ਆ, ਪੋਸਟੀਰੀਅਰ ਆ, ਐਂਡ ਇਹ ਕਾਹਦਾ ਹੈਗੀ ਹੈ, ਐਕਸੀਅਲ ਹੈ ਕਿ ਅਪੈਂਡੀਕੂਲਰ ਆ? ਇਹ ਬਿਲਕੁਲ ਜੀ ਸਾਡੀ ਐਕਸੀਅਲ ਬੋਨ ਹੈਗੀ ਆ, ਇਸ ਕਰਕੇ ਜਿਹੜਾ ਇਹ ਕੁਐਸਚਨ, ਆਹ ਜਿਹੜਾ ਆਨਸਰ ਹੈਗਾ ਆ, ਇਹ ਜਿਹੜਾ ਆਨਸਰ ਬਿਲਕੁਲ ਕੀ ਆ, ਸਹੀ ਹੈਗਾ। ਸੋ ਆਪਾਂ ਇਹਨੂੰ ਆਪਸ਼ਨ ਸੀ ਸਾਡਾ ਕਰੈਕਟ ਹੈ। ਕਲੀਅਰ, ਕਨਫਿਊਜ਼ ਨਹੀਂ ਹੋਣਾ ਕਦੀ ਵੀ ਕੁਐਸਚਨ ਦੇ ਵਿੱਚ, ਕੁਐਸਚਨ ਨੂੰ ਚੰਗੇ ਤਰੀਕੇ ਨਾਲ ਪੜ੍ਹਨਾ। ਠੀਕ ਆ, ਇੱਥੇ ਜਿਹੜਾ ਤੁਸੀਂ ਕੁਇਜ਼ ਅਟੈਂਪਟ ਕਰ ਰਹੇ ਹੋ ਉਹਦੇ ਵਿੱਚ ਥੋੜੀ ਟਾਈਮਿੰਗ ਵੀ ਆਉਂਦੀ ਹੈ ਕਿ ਜਿਹੜੇ 27 ਕੁਐਸਚਨਸ ਹੈਗੇ ਆ ਤੁਸੀਂ ਕਿੰਨੀ ਦੇਰ ਦੇ ਵਿੱਚ ਅਟੈਂਪਟ ਕੀਤੇ ਆ। ਜਿੱਦਾਂ ਮੈਂ, ਮੇਰਾ ਆਈ ਗੈਸ 5 ਕੁ ਮਿੰਟ ਦੇ ਵਿੱਚ ਮੈਂ 27 ਕੁਐਸਚਨਸ ਕੀਤੇ ਸੀਗੇ। ਠੀਕ ਹੈ, ਦੈਨ ਨੈਕਸਟ ਹੈਗਾ ਵਿਚ ਬੋਨ ਇਜ਼ ਨੋਟ ਕੰਸਿਡਰਡ ਪਾਰਟ ਆਫ ਕ੍ਰੇਨੀਅਲ ਬੋਨ, ਕਿਹੜੀ ਹੱਡੀ ਕ੍ਰੇਨੀਅਲ ਬੋਨ ਦਾ ਪਾਰਟ ਨਹੀਂ ਹੈਗੀ, ਨਹੀਂ ਹੈਗੀ। ਠੀਕ ਹੈ, ਦੱਸੋ ਸਭ ਤੋਂ ਪਹਿਲਾਂ ਕਰ ਲਓ ਕ੍ਰੇਨੀਅਲ ਬੋਨ ਦਾ, ਇੱਥੇ ਲਿਖਿਆ ਨੋਟ। ਕਈ ਵਾਰੀ ਕੁਐਸਚਨਸ ਐਗਜ਼ਾਮ ਦੇ ਵਿੱਚ ਆਉਂਦੇ ਆ ਹੈ ਨਾ, ਆਪਾਂ ਇਸ ਚੀਜ਼ ਨੂੰ ਜਿਹੜਾ ਵਰਡ ਆ ਨੋਟ, ਕਈ ਵਾਰੀ ਤੇਜ਼ੀ ਤੇਜ਼ੀ 'ਚ ਨਹੀਂ ਪੜ੍ਹਦੇ ਤੇ ਗਲਤ ਆਪਾਂ ਆਪਸ਼ਨ ਮਾਰਕ ਕਰ ਦਿੰਦੇ ਹਾਂ, ਹੈ ਨਾ। ਸੋ ਆਹ ਜਿਹੜਾ ਵਰਡ ਆ, ਕਦੀ ਵੀ ਕੁਐਸਚਨ ਅਟੈਂਪਟ ਕਰ ਰਹੇ ਹੋ, ਇੱਦਾਂ ਦਾ ਕੁਐਸਚਨ ਆਉਂਦਾ, ਇਹਨੂੰ ਜ਼ਰੂਰ ਮਾਰਕ ਕਰ ਲੈਣਾ। ਉਹਨੇ ਨੋਟ ਪੁੱਛਿਆ ਸਾਨੂੰ, ਹੈ ਨਾ, ਉਹਨੇ ਇਹ ਨਹੀਂ ਪੁੱਛਿਆ ਕਿਹੜਾ ਹੈਗਾ ਆ, ਉਹਨੇ ਪੁੱਛਿਆ ਕਿਹੜਾ ਨਹੀਂ ਹੈਗਾ। ਓਕੇ, ਸੋ ਕਿਹੜਾ ਨਹੀਂ ਹੈਗਾ ਦੱਸੋ? ਸਪੈਨੋਇਡ ਹੈਗਾ ਆ, ਪਹਿਲਾਂ ਦੱਸੋ ਕ੍ਰੇਨੀਅਲ ਦਾ ਪਾਰਟ ਬਿਲਕੁਲ ਹੈਗਾ ਆ। ਟੈਂਪੋਰਲ ਹੈਗਾ ਆ, ਬਿਲਕੁਲ ਹੈਗਾ ਆ। ਆਕਸੀਪਿਟਲ ਹੈਗਾ ਆ, ਬਿਲਕੁਲ ਹੈਗਾ ਆ। ਬਟ ਜਿਹੜਾ ਵਾਰਮਰ ਹੈਗਾ ਇਹ ਨਹੀਂ ਹੈਗਾ। ਸੋ ਵਾਰਮਰ ਜਿਹੜਾ ਹੈਗਾ ਇਹਦਾ ਇਹ ਕਰੈਕਟ ਆਪਸ਼ਨ ਆ। ਠੀਕ ਹੈ, ਵਿਚ ਬੋਨ ਇਜ਼ ਦਾ ਓਨਲੀ ਮੂਵੇਬਲ ਬੋਨ ਆਫ ਦਾ ਸਕਲ? ਹੁਣ ਇਹ ਕੁਐਸਚਨ ਦੱਸੋ,
ਸਰ ਮੈਂ ਦੱਸੋ ਦੱਸੋ ਸਰ ਬੀ ਆਪਸ਼ਨ ਬਿਲਕੁਲ ਕਿਉਂਕਿ ਜਿੱਦਾਂ ਮੈਂਡੇਬਲ ਆ ਮੈਂ ਕਰਕੇ ਦੱਸਿਆ ਸੀ ਤੁਹਾਨੂੰ ਹਨਾ ਕਿ ਜਿੱਦਾਂ ਆਪਾਂ ਆ ਮੂਵ ਕਰ ਰਹੇ ਹਾਂ ਜੋ ਤੁਸੀਂ ਐਕਸਰਸਾਈਜ਼ ਵੀ ਕੀਤੀ ਹੋਏਗੀ ਜੋ ਦੀ ਹਨਾ ਮੈਂਡੇਬਲ ਨੂੰ ਆਪਾਂ ਮੂਵ ਕਰ ਸਕਦੇ ਮੈਕਸੀਲਾ ਵੀ ਨਹੀਂ ਹੈਗਾ ਵੋਮਰ ਵੀ ਨਹੀਂ ਹੈਗਾ ਜ਼ਾਈਗੋਮੈਟਿਕ ਵੀ ਨਹੀਂ ਹੈਗਾ ਇਹਦਾ ਰਾਈਟ ਆਨਸਰ ਜਿਹੜਾ ਹੈਗਾ ਉਹ ਕੀ ਆ ਮੈਂਡੇਬਲ ਠੀਕ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਵਿਚ ਬੋਨ ਇਜ਼ ਪਾਰਟ ਆਫ ਐਕਸੀਅਲ ਸਕੈਲੇਟਨ ਐਂਡ ਆਰਟੀਕੂਲੇਟਸ ਵਿਦ ਦਾ ਕਲੈਵੀਕਲਸ ਕਿਹੜੀ ਹੱਡੀ ਐਕਸੀਅਲ ਸਕੈਲੇਟਨ ਦਾ ਪਾਰਟ ਹੈ ਠੀਕ ਹੈ ਵਿਚ ਬੋਨ ਇਜ਼ ਪਾਰਟ ਆਫ ਐਕਸੀਅਲ ਸਕੈਲੇਟਨ ਠੀਕ ਹੈ ਐਂਡ ਆਰਟੀਕੂਲੇਟਸ ਆਰਟੀਕੂਲੇਟ ਦਾ ਮਤਲਬ ਹੁੰਦਾ ਜੋੜ ਬਣਾਉਣਾ ਆਰਟੀਕੂਲੇਟਸ ਵਿਦ ਦਾ ਕਲੈਵੀਕਲ ਕਿਹੜੀ ਹੱਡੀ ਇਹਨਾਂ ਵਿੱਚੋਂ ਇੱਦਾਂ ਦੀ ਆ ਜਿਹੜੀ ਕਲੈਵੀਕਲ ਦੇ ਨਾਲ ਆਰਟੀਕੂਲੇਟ ਕਰਦੀ ਆ ਜੋੜ ਬਣਾਉਂਦੀ ਆ ਬਟ ਪਾਰਟ ਉਹ ਐਕਸੀਅਲ ਸਕੈਲੇਟਨ ਦਾ ਕੀ ਸਕੈਪੂਲਾ ਹੈਗੀ ਆ ਸਕੈਪੂਲਾ ਸਾਡੀ ਐਪੈਂਡੀਕੂਲਰ ਸਕੈਲੇਟਨ ਦਾ ਪਾਰਟ ਆ ਜੋੜ ਬਣਾਉਂਦੀ ਆ ਜ਼ਰੂਰ ਕਲੈਵੀਕਲ ਨਾਲ ਬਟ ਉਹ ਐਕਸੀਅਲ ਦਾ ਨਹੀਂ ਹੈਗੀ ਉਹ ਅਪੈਂਡੀਕੂਲਰ ਸਕੈਲੇਟਨ ਦਾ ਪਾਰਟ ਆ ਸੋ ਇਹ ਗਲਤ ਹੋ ਗਿਆ ਕੀ ਹਿਊਮਰਸ ਹੈਗੀ ਆ ਨਹੀਂ ਜੀ ਇਹ ਵੀ ਸਾਡੀ ਅਪੈਂਡੀਕੂਲਰ ਸਕੈਲੇਟਨ ਦਾ ਪਾਰਟ ਆ ਕੀ ਪੈਲਵਿਸ ਹੈਗੀ ਹੈ ਪੈਲਵਿਸ ਤਾਂ ਥੱਲੇ ਹੁੰਦੀ ਹੈ ਹਨਾ ਉਹ ਕਿੱਦਾਂ ਜੋੜ ਬਣਾਏਗੀ ਜੀ ਠੀਕ ਹੈ ਨਾ ਸੋ ਇਹਦਾ ਰਾਈਟ ਆਨਸਰ ਕੀ ਆ ਦੱਸੋ ਜਿਹੜੀ ਤੁਹਾਡੀ ਸਟਰਨਮ ਆ ਠੀਕ ਹੈ ਉਹ ਕਾਹਦਾ ਪਾਰਟ ਕਿਹੜੀ ਬੋਨ ਹੈ ਐਕਸੀਅਲ ਸਕੈਲਟਨ ਦੀ ਬੋਨ ਹੈ ਤੇ ਕਲੈਵੀਕਲ ਦੇ ਨਾਲ ਇਹ ਆਰਟੀਕੂਲੇਟ ਕਰਦੀ ਆ ਤੇ ਇਹ ਇੱਕ ਜੋੜ ਬਣਾਉਂਦੀ ਆ ਇੱਥੇ ਇੱਕ ਇੱਥੇ ਜੋੜ ਹੁੰਦਾ ਇੱਕ ਇੱਥੇ ਜਿਹਨੂੰ ਆਪਾਂ ਕੀ ਬੋਲਦੇ ਹਾਂ ਸਟਰਨੋ ਕਲੈਵੀਕੁਲਰ ਜੁਆਇੰਟ ਕੀ ਬੋਲਦੇ ਹਾਂ ਸਟਰਨੋ ਕਲੈਵੀਕੁਲਰ ਜੁਆਇੰਟ ਠੀਕ ਹੈ ਜਦੋਂ UGC ਨੈਟ ਪੜ੍ਹਾਂਗੇ ਉਹਦੇ ਵਿੱਚ ਇਨਡੈਪਥ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਹਾਊ ਮੈਨੀ ਬੋਨਸ ਆਰ ਪ੍ਰੈਜੈਂਟ ਇਨ ਈਚ ਹਿਊਮਨ ਹੈਂਡ ਇਨਕਲੂਡਿੰਗ ਦਾ ਕਾਰਪਲਸ ਮੈਟਾਕਾਰਪਲਸ ਐਂਡ ਫਲੈਂਜਸ ਦੇਖੋ ਜਿੰਨੇ ਵੀ ਕੁਐਸਚਨ ਮੈਂ ਜ਼ਿਆਦਾ ਮੇਰੀ ਕੋਸ਼ਿਸ਼ ਹੋਈ ਹੈ ਕਿ ਅੰਡਰਸਟੈਂਡਿੰਗ ਲੈਵਲ ਦੇ ਬਣਾਵਾਂ ਤੁਹਾਡੇ ਵਾਸਤੇ ਠੀਕ ਹੈ ਕਿਉਂਕਿ ਇਹ ਜਦੋਂ ਤੁਸੀਂ ਕੁਐਸਚਨ ਕਰ ਲਏ ਨਾ ਲਗਾ ਲਏ ਇਗਜ਼ਾਮ 'ਚ ਬੈਠੋਗੇ ਤੇ ਤੁਹਾਨੂੰ ਦਿੱਕਤ ਆਉਣੀ ਨਹੀਂ ਹੈਗੀ ਇਹ ਲਿਖ ਕੇ ਲੈ ਲਓ ਮੇਰੇ ਕੋਲੋਂ ਠੀਕ ਹੈ ਸੋ ਹਾਊ ਮੈਨੀ ਬੋਨਸ ਆਰ ਪ੍ਰੈਜੈਂਟ ਇਨ ਈਚ ਹਿਊਮਨ ਹੈਂਡ ਕਿੰਨੀਆਂ ਬੋਨਸ ਪ੍ਰੈਜੈਂਟ ਹੁੰਦੀਆਂ ਸਾਡੇ ਹੱਥ ਦੇ ਵਿੱਚ ਕਿਹੜੀ ਕਿਹੜੀ ਹੱਡੀਆਂ ਨੂੰ ਪਾ ਕੇ ਕਾਰਪਲਸ ਨੂੰ ਪਾ ਕੇ ਮੈਟਾਕਾਰਪਲਸ ਨੂੰ ਪਾ ਕੇ ਐਂਡ ਫਲੈਂਜਸ ਨੂੰ ਪਾ ਕੇ ਮਤਲਬ ਟੋਟਲ ਉਹਨੇ ਹੱਡੀਆਂ ਪੁੱਛੀਆਂ ਹੋਈਆਂ ਸਾਡੇ ਹਿਊਮਨ ਹੈਂਡ ਦੇ ਵਿੱਚ ਅੱਛਾ ਮੈਨੂੰ ਦੱਸੋ ਕਿ ਸਾਡੇ ਕਾਰਪਲਸ 'ਚ ਕਿੰਨੀਆਂ ਹੱਡੀਆਂ ਹੁੰਦੀਆਂ ਅੱਠ ਓਕੇ ਸੋ ਇੱਥੇ ਆਪਾਂ ਲਿਖ ਲੈਂਦੇ ਹਾਂ ਜੀ ਸਾਡੇ ਕੋਲ 8 ਬੋਨਸ ਹੈਗੀਆਂ ਕਾਰਪਲਸ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਮੈਟਾਕਾਰਪਲਸ ਦੇ ਵਿੱਚ ਕਿੰਨੀਆਂ ਹੁੰਦੀਆਂ ਪੰਜ 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 ਇੱਥੇ ਲਿਖ ਲੈਂਦੇ ਹਾਂ ਉਸ ਤੋਂ ਬਾਅਦ ਸਾਡੇ ਕੋਲ ਮੈਨੂੰ ਦੱਸੋ ਕਿ ਜਿਹੜੀ ਫਲੈਂਜਸ ਆ ਉਹਦੇ ਵਿੱਚ ਕਿੰਨੀਆਂ ਹੁੰਦੀਆਂ ਟੋਟਲ 14 14 ਆਪਾਂ ਲਿਖ ਲੈਂਦੇ ਹਾਂ ਸੋ ਇਹਨੂੰ ਜੋੜ ਦਿੰਦੇ ਹਾਂ ਐਂਡ ਕੀ ਆਨਸਰ ਆਏਗਾ ਸਾਡੇ ਕੋਲ 8 ਤੇ 5 ਕਿੰਨੇ ਹੋ ਗਏ 13 8 5 ਕਿੰਨੇ ਹੋ ਗਏ ਦੱਸੋ 27 ਆਨਸਰ ਹੋ ਸਰ 8 5 13 ਤੇ 14 ਕਿੰਨੇ ਹੋ ਗਏ ਬੋਲੋ 27 ਸੋ 27 ਇਜ਼ ਅ ਰਾਈਟ ਆਪਸ਼ਨ ਠੀਕ ਹੈ ਜੀ
ਕੱਲ ਮੈਂ ਤੁਸੀਂ ਮੇਰੀ ਰਿਕਾਰਡਿੰਗ ਦੇਖ ਲਈ ਹੈ ਕੱਲ ਵਾਲੀ? ਕੱਲ ਵਾਲੀ ਮੈਂ ਜਿਹੜੀ ਰਿਕਾਰਡਿੰਗ ਆਪਾਂ ਇੱਥੇ ਕੀਤੀ ਸੀ ਲਾਈਵ ਸੈਸ਼ਨ ਦੀ, ਉਹ ਮੈਂ ਨਹੀਂ ਅਪਲੋਡ ਕੀਤੀ। ਮੈਂ ਸਪੈਸ਼ਲੀ ਅੱਜ ਇੱਕ ਰਿਕਾਰਡ ਕੀਤੀ ਸੀ ਕਲਾਸ, ਅੱਧੇ ਘੰਟੇ ਦੀ ਰਿਕਾਰਡਿੰਗ ਆ ਉਹ, ਠੀਕ ਆ। ਉਹਦੇ ਵਿੱਚ ਕੱਲ ਮੈਂ ਸਕਿਪ ਕਰ ਗਿਆ ਸੀਗਾ ਜਿਹੜੀਆਂ ਸਾਡੀ ਕਾਰਪਲਸ ਦੇ ਨਾਮ ਨਹੀਂ ਦੱਸੇ ਸੀ ਤੁਹਾਨੂੰ, ਤੇ ਉਹਦੇ ਵਿੱਚ ਉਹ ਵੀ ਦੱਸੇ ਹੋਏ ਆ ਮੈਂ, ਠੀਕ ਆ। ਤੇ ਉਹਨੂੰ ਇੱਕ ਵਾਰੀ ਜ਼ਰੂਰ ਦੇਖ ਲਿਓ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਵਿਚ ਬੋਨ ਇਜ਼ ਨਾਟ ਪਾਰਟ ਆਫ ਦਾ ਥੋਰੈਸਿਕ ਕੇਜ, ਜਿਹੜਾ ਸਾਡਾ ਥੋਰੈਸਿਕ ਕੇਜ ਹੈਗਾ ਆਹ, ਹੈ ਨਾ, ਥੋਰੈਕਸ, ਉਹਦੇ ਵਿੱਚ ਕਿਹੜੀ ਹੱਡੀ ਪਾਰਟ ਨਹੀਂ ਹੈਗੀ? ਇਹਦਾ ਆਨਸਰ ਦਿਓ ਹੁਣ ਤੁਸੀਂ ਕੀ ਸਕਰ। ਅੱਛਾ, ਕਲੈਵਿਕਲ, ਵੈਰੀ ਗੁੱਡ। ਸੋ ਸਟਰਨਮ ਦੀ ਗੱਲ ਕਰੀਏ, ਸਟਰਨਮ ਪਾਰਟ ਹੈਗੀ ਆ, ਬਿਲਕੁਲ ਹੈਗੀ ਆ। ਉਸ ਤੋਂ ਬਾਅਦ ਰਿਬਸ ਦੀ ਗੱਲ ਕਰੀਏ, ਰਿਬਸ ਵੀ ਪਾਰਟ ਹੁੰਦੀ ਆ, ਐਂਡ ਥੋਰੈਸਿਕ ਵਰਟੀਬ੍ਰੇ ਵੀ ਪਾਰਟ ਹੁੰਦੇ ਆ। ਸੋ ਰਹਿ ਕਿਹੜੀ ਗਈ ਆਪਣੇ ਕੋਲੇ? ਕਲੈਵਿਕਲ। ਸੋ ਕਲੈਵਿਕਲ ਇਹ ਹੱਡੀ ਆ ਜਿਹੜੀ ਥੋਰੈਸਿਕ ਕੇਜ ਦਾ ਪਾਰਟ। ਦੇਖੋ ਹੁਣ ਜਿਹੜੀ ਕਲੈਵਿਕਲ ਆ ਬੜੀ ਨੇੜੇ ਆ ਥੋਰੈਸਿਕ ਕੇਜ ਦੇ। ਕਈ ਵਾਰੀ ਬੱਚਾ ਜਿਹੜਾ ਹੁੰਦਾ ਆ, ਜੇ ਇੱਥੇ ਆ ਜਾਵੇ ਫੀਮਰ, ਹੈ ਨਾ, ਉਹ ਤੁਹਾਨੂੰ ਲੱਗੇਗਾ ਕਿ ਯਾਰ ਹਾਂ ਸਿੱਧਾ ਡਾਇਰੈਕਟ ਇਹ ਕੁਐਸਚਨ ਪੁੱਛਿਆ ਗਿਆ, ਫੀਮਰ ਮਾਰਕ ਕਰੋ। ਲੇਕਿਨ ਕਲੈਵਿਕਲ ਨੇੜੇ ਹੁੰਦੀ ਆ, ਕਈ ਵਾਰੀ ਬੱਚਾ ਕਨਫਿਊਜ਼ ਹੋ ਜਾਂਦਾ, ਠੀਕ ਹੈ। ਜੇ ਤੁਹਾਨੂੰ ਪਤਾ ਹੈ ਕਿਹੜੀ ਐਕਸੀਅਲ ਆ, ਕਿਹੜੀ ਅਪੈਂਡੀਕੁਲਰ ਆ, ਠੀਕ ਹੈ, ਤੁਸੀਂ ਉਹਦੇ ਨਾਲ ਵੀ ਕੁਐਸਚਨ ਅਟੈਂਪਟ ਕਰ ਸਕਦੇ ਹੋ। ਹੁਣ ਆ ਗਿਆ ਅਗਲਾ ਕੁਐਸਚਨ, ਵਿਚ ਬੋਨ ਇਜ਼ ਪਾਰਟ ਆਫ ਦਾ ਅਪਰ ਐਕਸਟ੍ਰੀਮਿਟੀ ਐਂਡ ਹੈਜ਼ ਦਾ ਓਲੈਕਰੇਨੋਨ ਪ੍ਰੋਸੈਸ। ਹੁਣ ਇਹ ਕੁਐਸਚਨ ਬਹੁਤ ਬੱਚਿਆਂ ਦਾ ਮੇਰੇ ਹਿਸਾਬ ਨਾਲ ਗਲਤ ਹੋਇਆ ਹੋਏਗਾ। ਦੱਸੋ ਇਹਦਾ ਆਨਸਰ ਕੀ ਹੋਏਗਾ, ਕਿਹੜੀ ਬੋਨ ਦੇ ਵਿੱਚ? ਇੱਥੇ ਪੁੱਛਿਆ ਵਿਚ ਬੋਨ ਇਜ਼ ਪਾਰਟ ਆਫ ਅਪਰ ਐਕਸਟ੍ਰੀਮਿਟੀ, ਕਿਹੜੀ ਬੋਨ ਅਪਰ ਐਕਸਟ੍ਰੀਮਿਟੀ ਦਾ ਪਾਰਟ ਆ, ਐਂਡ ਉਸ ਬੋਨ ਦੇ ਵਿੱਚ ਇੱਕ ਲੈਂਡਮਾਰਕ ਆ ਜਿਹਦਾ ਨਾਮ ਹੈ ਓਲੈਕਰੇਨੋਨ ਪ੍ਰੋਸੈਸ, ਠੀਕ ਹੈ। ਹੁਣ ਜਿਹੜੇ UGC ਵਾਲੇ ਸੀਗੇ ਬੱਚੇ ਜਿਹਨਾਂ ਲੈਂਡਮਾਰਕਸ ਉਹਨੂੰ ਪੜ੍ਹਾਏ ਸੀ ਇਕੱਲੇ ਇਕੱਲੇ, ਉਹ ਇਹ ਕੁਐਸਚਨ ਨੂੰ ਸੋਲਵ ਕਰ ਸਕਦੇ ਆ। ਹੁਣ ਦੱਸੋ ਸਰ, ਅਲਨਾ ਇਹਦਾ ਆਨਸਰ ਆ। ਬਿਲਕੁਲ ਠੀਕ ਆ, ਠੀਕ ਹੈ। ਸੋ ਸਕੈਪੂਲਾ ਵੀ ਨਹੀਂ ਹੈਗੀ, ਹਿਊਮਰਸ ਵੀ ਨਹੀਂ ਹੈਗੀ, ਰੇਡੀਅਸ ਵੀ ਨਹੀਂ ਹੈਗੀ, ਇਹਦਾ ਰਾਈਟ ਆਪਸ਼ਨ ਜਿਹੜਾ ਹੈਗਾ ਦੈਟ ਇਜ਼ ਅਲਨਾ, ਠੀਕ ਹੈ। ਇੱਕ ਹੁੰਦਾ ਓਲੈਕਰੇਨੋਨ ਫੋਸਾ, ਉਹ ਕਿੱਥੇ ਹੁੰਦਾ ਜੀ ਦੱਸੋ? ਓਲੈਕਰੇਨੋਨ ਫੋਸਾ ਕਿੱਥੇ ਹੁੰਦਾ, ਇਹ ਸਰਚ ਕਰੋ। ਇਹ ਤਾਂ ਪ੍ਰੋਸੈਸ ਆ ਨਾ, ਇੱਕ ਟਰਮ ਆ ਓਲੈਕਰੇਨੋਨ ਫੋਸਾ, ਉਹ ਕਿੱਥੇ ਹੁੰਦਾ, ਕਿਹੜੀ ਹੱਡੀ ਦੇ ਵਿੱਚ ਹੈਗਾ ਇਹਨਾਂ ਦੇ ਵਿੱਚੋਂ, ਠੀਕ ਹੈ। ਇਹ ਤੁਸੀਂ ਸਰਚ ਕਰ, ਰੇਡੀਅਸ ਮੈਂ ਨਹੀਂ ਹੋਤਾ, ਠੀਕ ਹੈ। ਇਹ ਦੇਖ ਰਹੇ ਹੋ ਹਿਊਮਰਸ, ਹਿਊਮਰਸ ਮੈਂ ਹੋਤਾ ਹੈ ਓਲੈਕਰੇਨੋਨ ਫੋਸਾ। ਨੈਕਸਟ ਕੁਐਸਚਨ, ਵਿਚ ਬੋਨਸ ਫੋਰਮ ਦਾ ਪੈਲਵਿਕ ਗ੍ਰਿਡਲ, ਕਿਹੜੀ ਹੱਡੀਆਂ ਮਿਲ ਕੇ ਪੈਲਵਿਕ ਗ੍ਰਿਡਲ ਨੂੰ ਬਣਾਉਂਦੀਆਂ ਨੇ? ਇਹ ਮੈਂ ਤੁਹਾਨੂੰ ਦੇਖੋ ਸਪੈਸ਼ਲੀ ਕਰਵਾਇਆ ਹੋਇਆ ਹੈ ਕੁਐਸਚਨ, ਇਲੀਅਮ, ਈਸ਼ੀਅਮ ਐਂਡ ਪਿਊਬਿਸ। ਬਿਲਕੁਲ ਠੀਕ ਹੈ। ਸੋ ਇਹ ਆਪਸ਼ਨ ਇਲੀਅਮ, ਈਸ਼ੀਅਮ ਐਂਡ ਪਿਊਬਿਸ, ਇਹ ਮਿਲ ਕੇ ਕੀ ਹੈ ਤੁਹਾਡੀ ਜਿਹੜੀ ਪੈਲਵਿਕ ਗ੍ਰਿਡਲ ਆ ਉਹਨੂੰ ਫਾਰਮ ਕਰਦੀਆਂ ਨੇ, ਠੀਕ ਹੈ। ਨੈਕਸਟ ਕੁਐਸਚਨ, ਵਿਚ ਬੋਨਸ ਆਰ ਕਲਾਸੀਫਾਈਡ ਐਜ਼ ਸੈਸਮੋਇਡ ਬੋਨਸ? ਜਦੋਂ ਆਪਾਂ ਟਾਈਪਸ ਆਫ ਬੋਨਸ ਪੜਾਂਗੇ ਉਹਦੇ ਵਿੱਚ ਇਹ ਕੁਐਸਚਨ ਬਣੇਗਾ, ਲੇਕਿਨ ਇਹਦੇ ਵਿੱਚ ਵੀ ਆਇਆ ਕੁਐਸਚਨ, ਕਿਹੜੀ ਹੱਡੀ ਨੂੰ ਆਪਾਂ ਸੈਸਮੋਇਡ ਬੋਨਸ ਦੀ ਕੈਟੇਗਰੀ ਦੇ ਵਿੱਚ ਰੱਖਦੇ ਹਾਂ? ਕੀ ਉਹ ਫਲੈਂਜਿਸ ਨੇ, ਕੀ ਉਹ ਟਾਰਸਲਸ ਨੇ, ਕੀ ਉਹ ਕਾਰਪਸ ਨੇ, ਜਾਂ ਕੀ ਉਹ ਪਟੇਲਾ ਹੈ? ਦੱਸੋ। ਪਟੇਲਾ। ਬਿਲਕੁਲ, ਪਟੇਲਾ ਜਿਹੜਾ ਹੈਗਾ ਉਹਦਾ
ਇਹ ਰਾਈਟ ਆਨਸਰ ਹੈਗਾ। ਠੀਕ ਹੈ ਜੀ, ਦੇਖੋ ਤਿੰਨ ਚਾਰ ਕੁਐਸਚਨ ਰਹਿ ਗਏ ਆ। ਹਾਊ ਮੈਨੀ ਲੰਬਰ ਵਰਟੀਬਰੇ ਆਰ ਇਨ ਹਿਊਮਨ ਸਪਾਈਨ, ਹਿਊਮਨ ਸਪਾਈਨ ਦੇ ਵਿੱਚ ਕਿੰਨੇ ਲੰਬਰ ਵਰਟੀਬਰੇ ਹੁੰਦੇ ਨੇ? ਪੰਜ ਸਰ, ਫਾਈਵ। ਬਿਲਕੁਲ ਰਾਈਟ ਆਨਸਰ ਇਸ ਫਾਈਵ, ਮਤਲਬ ਐਲ ਵਨ ਤੋਂ ਲੈ ਕੇ ਐਲ ਫਾਈਵ ਤੱਕ। ਠੀਕ ਹੈ ਜੀ, ਹੁਣ ਜੇ ਮੈਂ ਪੁੱਛਾਂ ਜਿਹੜੀ ਤੁਹਾਡੀ ਲੰਬਰ ਆ, ਲੰਬਰ ਸਪਾਈਨ ਆ, ਇਹਦੀ ਜਿਹੜੀ ਪੋਜੀਸ਼ਨ ਆ ਉਹ ਕਿੱਥੇ ਹੈਗੀ ਆ? ਥੋਰੈਸਿਕ ਕੈਵਿਟੀ ਦੇ ਵਿੱਚ ਹੁੰਦੀ ਆ ਜਾਂ ਐਬਡੋਮੀਨਲ ਕੈਵਿਟੀ ਦੇ ਵਿੱਚ ਹੁੰਦੀ ਹੈ? ਸਰ ਕੈਨ ਯੂ ਰਿਪੀਟ ਦ ਕੁਐਸਚਨ? ਜਿਹੜੀ ਤੁਹਾਡੀ ਲੰਬਰ ਸਪਾਈਨ ਆ ਉਹਦੀ ਪੋਜੀਸ਼ਨ ਕਿੱਥੇ ਹੁੰਦੀ ਆ? ਟਰੰਕ ਦੇ ਵਿੱਚ, ਥੋਰੈਸਿਕ ਕੈਵਿਟੀ ਦੇ ਵਿੱਚ ਜਾਂ ਐਬਡੋਮਿਨ ਕੈਵਿਟੀ ਦੇ ਵਿੱਚ? ਸਰ ਐਬਡੋਮੀਨਲ। ਬਿਲਕੁਲ ਠੀਕ ਹੈ, ਐਬਡੋਮਿਨ ਕੈਵਿਟੀ ਦੇ ਵਿੱਚ, ਹੈ ਨਾ। ਸੋ ਨੈਕਸਟ, ਵਿਚ ਬੋਨ ਇਜ਼ ਦ ਲਾਰਜੈਸਟ ਐਂਡ ਸਟਰੋਂਗੈਸਟ ਬੋਨ ਇਨ ਦ ਹਿਊਮਨ ਬਾਡੀ? ਸਮਝੇ ਲਗਾ ਦਿਓ ਬਈ, ਫੀਮਰ, ਇਹ ਮਤਲਬ ਫੇਵਰੇਟ ਕੁਐਸਚਨ ਆ ਐਗਜ਼ਾਮਿਨਰ ਦਾ। ਠੀਕ ਹੈ, ਵਿਚ ਆਫ ਦ ਫੋਲੋਇੰਗ ਬੋਨਸ ਇਜ਼ ਨਾਟ ਅ ਪਾਰਟ ਆਫ ਅਪੈਂਡੀਕੁਲਰ ਸਕੈਲੇਟਨ? ਕਿਹੜੀ ਹੱਡੀ ਅਪੈਂਡੀਕੁਲਰ ਸਕੈਲੇਟਨ ਦਾ ਪਾਰਟ ਨਹੀਂ ਹੈਗੀ? ਦੱਸੋ। ਟਿਬੀਆ। ਟਿਬੀਆ ਹੈ ਨਹੀਂ ਗੀ ਅਪੈਂਡੀਕੁਲਰ ਕਾ, ਦੇਖੋ ਅਪੈਂਡੀਕੁਲਰ ਮੈਨੇ ਬੋਲਾ ਯੇ, ਇਸਕੋ ਦੇਖੋ, ਨਾਟ ਪਾਰਟ ਆਫ ਅਪੈਂਡੀਕੁਲਰ। ਟਿਬੀਆ ਤੋਂ ਅਪੈਂਡੀਕੁਲਰ ਮੈਂ ਆਤੀ ਹੈ ਸਰ ਕਲੈਵਿਕਲ। ਕਲੈਵਿਕਲ ਨਹੀਂ ਆਂਦੀ ਅਪੈਂਡੀਕੁਲਰ ਚ? ਹੁਣੇ ਤਾਂ ਪੜਿਆ ਆਪਾਂ, ਓਕੇ। ਉਹ ਪੁੱਛ ਰਿਹਾ ਕਿ ਕਿਹੜੀ ਹੱਡੀ ਅਪੈਂਡੀਕੁਲਰ ਸਕੈਲੇਟਨ ਦਾ ਪਾਰਟ ਨਹੀਂ ਆ, ਮਤਲਬ ਜੇ ਉਲਟਾ ਕਰਕੇ ਦੇਖੀਏ ਕਿ ਕਿਹੜੀ ਹੱਡੀ ਐਕਸੀਅਲ ਬਾਡੀ ਦਾ ਪਾਰਟ ਆ ਜਾਂ ਐਕਸੀਅਲ ਸਕੈਲੇਟਨ ਦਾ ਪਾਰਟ ਆ? ਕੀ ਹਿਊਮਰਸ ਐਕਸੀਅਲ ਸਕੈਲੇਟਨ ਦਾ ਪਾਰਟ ਹੈਗਾ? ਨਹੀਂ, ਅਪੈਂਡੀਕੁਲਰ ਆ। ਟਿਬੀਆ ਹੈਗੀ ਆ? ਨਹੀਂ, ਅਪੈਂਡੀਕੁਲਰ ਆ। ਕਲੈਵਿਕਲ ਹੈਗੀ ਆ? ਨਹੀਂ, ਅਪੈਂਡੀਕੁਲਰ ਆ। ਤੇ ਕਿਹੜੀ ਬਚ ਗਈ? ਸਟਰਨਮ। ਸਟਰਨਮ, ਠੀਕ ਹੈ। ਦੇਖੋ ਇਹ ਗਲਤੀ ਹੋ ਜਾਂਦੀ ਆ, ਮੈਂ ਤੁਹਾਨੂੰ ਦੱਸਿਆ, ਮੈਂ ਵੀ ਅਟੈਂਪਟ ਕੀਤੇ 27 ਕੁਐਸਚਨਸ ਐਂਡ ਆਈ ਸਕੋਰਡ 26 ਆਊਟ ਆਫ 27। ਉਹ ਮੈਨੂੰ ਕੁਐਸਚਨ ਆਉਂਦਾ ਸੀਗਾ ਜਲਦੀ ਜਲਦੀ ਦੇ ਵਿੱਚ, ਜਲਦੀ ਜਲਦੀ ਦੇ ਵਿੱਚ ਇੱਕ ਕੁਐਸਚਨ ਗਲਤ ਕਰਤਾ, ਸਿੰਪਲ ਜਿਹਾ। ਠੀਕ ਹੈ ਨਾ। ਸੋ ਕਦੀ ਵੀ ਇਗਜ਼ਾਮ ਦੇ ਵਿੱਚ ਇਹ ਚੀਜ਼ ਬਣਾ ਲੈਣੀ ਆ, ਕੁਐਸਚਨ ਨੂੰ ਦੋ ਤਿੰਨ ਵਾਰੀ ਪੜ੍ਹੋ, ਤੁਹਾਡੇ ਕੋਲ ਬਹੁਤ ਟਾਈਮ ਆ, ਹੈ ਨਾ। ਜੇ ਤੁਸੀਂ ਚੰਗੇ ਤਰੀਕੇ ਨਾਲ ਪੜ੍ਹੇ ਹੋਏ ਹੋ ਨਾ, ਮੰਨ ਲਓ ਕੁਐਸਚਨ ਪੇਪਰ ਆ ਗਿਆ ਤੁਹਾਡੇ, DPE 168 ਜਿਹੜਾ ਹੋਇਆ ਸੀਗਾ ਪੇਪਰ, ਆਈ ਗੈਸ ਉਹਨੂੰ ਕਰਨ ਲਈ ਟਾਈਮ 3 ਘੰਟੇ ਦਾ ਸੀਗਾ, ਸ਼ਾਇਦ ਮੈਂ ਰੋਂਗ ਵੀ ਹੋਵਾਂ, ਮੈਂ ਦਿੱਤਾ ਸੀਗਾ ਇਗਜ਼ਾਮ ਉਹ, ਅਤੇ ਮਤਲਬ 1.5 ਘੰਟੇ ਦੇ ਵਿੱਚ, ਮਤਲਬ 1.5 ਘੰਟਾ ਵੀ ਨਹੀਂ ਲੱਗਾ ਸੀ ਮੈਨੂੰ ਉਸ ਇਗਜ਼ਾਮ ਨੂੰ ਕਰਨ ਲਈ, ਹੈ ਨਾ। 1.5 ਘੰਟਾ ਉੱਥੇ ਵਿਹਲੇ ਬੈਠੇ ਰਹੇ ਸੀ, ਉਹ OMR 'ਤੇ ਸੀਗਾ। ਹੁਣ ਮੈਨੂੰ ਕਈ ਵਾਰੀ ਪਛਤਾਵਾ ਹੁੰਦਾ, ਕਈ ਕੁਐਸਚਨਸ ਇੱਦਾਂ ਦੇ ਸੀਗੇ ਜਿਹੜੀ ਕੁਐਸਚਨਸ ਮੈਂ ਆਪਣੀ ਗਲਤੀ ਦੇ ਨਾਲ ਜਲਦਬਾਜ਼ੀ ਦੇ ਵਿੱਚ ਗਲਤ ਕਰਕੇ ਆਇਆ। ਠੀਕ ਹੈ, ਮੈਂ ਘਰ ਆ ਕੇ ਦੇਖਿਆ, ਯਾਰ ਮੈਂ ਆਹ ਕੁਐਸਚਨ ਗਲਤ ਕਰਕੇ ਆਇਆ, ਮਤਲਬ ਮੈਂ ਆਈ ਕੈਨ ਸਕੋਰ ਮੋਰ ਦੈਨ 137, 137 ਤੋਂ ਜ਼ਿਆਦਾ ਨੰਬਰ ਲੈ ਸਕਦਾ ਸੀਗਾ ਮੈਂ 150 ਦੇ ਵਿੱਚੋਂ। ਠੀਕ ਹੈ, ਬਟ ਆਈ ਗੋਟ 129। ਠੀਕ ਹੈ, ਸੋ ਕੁਐਸਚਨ ਜਿਹੜਾ ਤੁਹਾਨੂੰ ਟਾਈਮ ਦਿੱਤਾ ਹੋਇਆ 3 ਘੰਟੇ ਹੈਗੇ ਆ, ਉਸ ਟਾਈਮ ਦੇ ਹਿਸਾਬ ਨਾਲ ਤੁਸੀਂ ਆਪਣਾ ਪੇਪਰ ਕਰਨਾ, ਕੋਈ ਜਲਦਬਾਜ਼ੀ ਨਹੀਂ ਕਰਨੀ। OMR ਨੂੰ, ਜੇ OMR ਦੇ ਹਿਸਾਬ ਨਾਲ ਚੱਲਣਾ ਅਸੀਂ ਪੇਪਰ ਕਰ ਰਹੇ ਹਾਂ, ਉਹਨੂੰ ਕਰਨ ਦੀ ਅਪਰੋਚ ਅਲੱਗ ਹੈਗੀ ਆ।
ਤੇ ਜੇ ਅਸੀਂ CBT ਮੋਡ ਦੇ ਰਹੇ ਹਾਂ ਕੰਪਿਊਟਰ ਬੇਸਡ ਟੈਸਟਿੰਗ, ਉਹਦੀ ਅਪਰੋਚ ਅਲੱਗ ਹੈਗੀ ਆ, ਕਿਉਂਕਿ CBT ਮੋਡ ਦੇ ਵਿੱਚ ਕੰਪਿਊਟਰ ਦੇ ਵਿੱਚ ਤਾਂ ਤੁਸੀਂ ਜੇ ਮੰਨ ਲਓ ਆਪਸ਼ਨ ਤੁਸੀਂ ਗਲਤ ਫਿਲ ਕਰਤਾ ਦੁਬਾਰਾ ਉਹਨੂੰ ਰਿਵਿਊ ਕਰ ਸਕਦੇ ਹੋ, ਚੇਂਜ ਹੋ ਜਾਏਗਾ, ਲੇਕਿਨ OMR ਦੇ ਵਿੱਚ ਇੱਕ ਵਾਰੀ ਫਿਲ ਕਰਤਾ ਉਹ ਚੇਂਜ ਨਹੀਂ ਹੋਣਾ। ਠੀਕ ਹੈ, ਕਈ ਵਾਰੀ ਤਾਂ ਜਦੋਂ ਕੁਸ਼ਚਨ ਮੈਂ ਪੜ੍ਹ ਰਿਹਾ ਸੀਗਾ ਮੈਂ ਚੇਂਜ ਕਰਨਾ ਚਾਹੁੰਦਾ ਸੀ 3-4 ਕੁਸ਼ ਆਨਸਰਸ ਉਹਦੇ, ਠੀਕ ਹੈ, ਬਟ ਮੈਂ ਫਿਲ ਕਰ ਚੁੱਕਾ ਸੀ ਉਹਨੂੰ। ਠੀਕ ਹੈ, ਕਿਉਂਕਿ ਉਹ ਫਸਟ ਟਾਈਮ ਆਈ ਗੈਸ ਮੈਂ OMR ਤੇ ਨਹੀਂ ਸੈਕਿੰਡ ਟਾਈਮ ਦਿੱਤਾ ਸੀਗਾ ਉਹ ਐਗਜ਼ਾਮ। ਠੀਕ ਹੈ, ਇਸ ਤੋਂ ਪਹਿਲਾਂ ਮੈਂ 11-58 ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ ਹੋਈ ਸੀ ਭਰਤੀ ਉਹ ਦਿੱਤਾ ਸੀਗਾ, ਉਹਦੇ ਵਿੱਚ ਵੀ ਮੈਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਸੀਗੀਆਂ ਇੱਦਾਂ ਹੀ। ਸੋ ਪੜ੍ਹ ਕੇ ਚੰਗੇ ਤਰੀਕੇ ਨਾਲ ਟੇਕ ਯੋਰ ਟਾਈਮ, ਫਿਰ ਆਪਾਂ ਹੁਣ ਅਗਲਾ ਕੁਸ਼ਚਨ ਆ ਜਾਓ, ਬੜਾ ਅੱਛਾ ਕੁਸ਼ਚਨ ਹੈ, ਵਿਚ ਬੋਨਸ ਆਰ ਇਨਕਲੂਡਿਡ ਇਨ ਦਾ ਹਿਊਮਨ ਈਅਰ, ਕਿਹੜੀ ਹੱਡੀ ਹਿਊਮਨ ਈਅਰ ਦੇ ਵਿੱਚ ਹੁੰਦੀਆਂ ਨੇ ਦੱਸੋ। ਮੈਲੀਅਸ ਇਨਕਸ, ਠੀਕ ਹੈ, ਸੋ ਮੈਲੀਅਸ ਇਨਕਸ ਐਂਡ ਸਟੇਪਸ ਇਹ ਪਾਰਟ ਹੈਗੀ ਆ। ਠੀਕ ਹੈ ਜੀ, ਸੋ ਇਹ ਤੁਹਾਨੂੰ ਦੱਸਤਾ ਸੀਗਾ ਸਭ ਤੋਂ ਛੋਟੀ ਹੱਡੀ ਕਿਹੜੀ ਆ ਸਾਡੇ ਸਰੀਰ ਦੇ ਵਿੱਚ, ਸਟੇਪਸ। ਠੀਕ ਹੈ, ਨੈਕਸਟ ਕੁਸ਼ਚਨ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਦਾ ਹਾਇਰਡ ਬੋਨ ਇਜ਼ ਕਰੈਕਟ। ਲਓ ਜੀ ਕੁਸ਼ਚਨ ਆ ਗਿਆ ਹੈ, ਕਿਹੜੀ ਸਟੇਟਮੈਂਟ ਇਹ ਹਾਇਰਡ ਬੋਨ ਬਾਰੇ ਕੀ ਆ ਸਹੀ ਹੈਗੀ ਆ। ਸੋ ਪਹਿਲੀ ਸਟੇਟਮੈਂਟ ਆ, ਇਟ ਆਰਟੀਕੂਲੇਟ ਡਾਇਰੈਕਟਲੀ ਵਿਦ ਦਾ ਸਰਵਾਈਕਲ ਵਰਟੀਬਰੇ, ਮਤਲਬ ਗਲਤ ਆ, ਇਹ ਤਾਂ ਆਰਟੀਕੂਲੇਟ ਕਰਦੀ ਨਹੀਂ। ਇਟ ਇਜ਼ ਲੋਕੇਟਿਡ ਇਨ ਦਾ ਥੋਰੈਸਿਕ ਰੀਜਨ, ਨਹੀਂ ਇਹ ਤਾਂ ਸਰਵਾਈਕਲ ਰੀਜਨ ਦੇ ਵਿੱਚ ਹੁੰਦੀ ਹੈ। ਠੀਕ ਆ, ਉਸ ਤੋਂ ਬਾਅਦ ਇਟ ਫੋਰਮਸ ਪਾਰਟ ਆਫ ਦਾ ਸਕਲ, ਨਹੀਂ ਬਿਲਕੁਲ ਵੀ ਨਹੀਂ, ਇਹ ਵੀ ਨਹੀਂ। ਸੋ ਇਹਦਾ ਜਿਹੜਾ ਸੀ ਆਪਸ਼ਨ ਆ, ਇਟ ਡਜ਼ ਨਾਟ ਆਰਟੀਕੂਲੇਟ ਵਿਦ ਐਨੀ ਅਦਰ ਬੋਨ, ਸਿਰਫ ਸਾਡੇ ਸਰੀਰ ਦੇ ਵਿੱਚ ਇੱਕ ਹੱਡੀ ਆ ਜਿਹੜੀ ਕਿਸੇ ਹੋਰ ਹੱਡੀ ਦੇ ਨਾਲ ਮਿਲ ਕੇ ਜੋੜ ਨਹੀਂ ਬਣਾਉਂਦੀ। ਸੋ ਇਹਦਾ ਆਪਸ਼ਨ ਜਿਹੜਾ ਹੈਗਾ ਉਹ ਸੀ ਆਪਸ਼ਨ ਬਿਲਕੁਲ ਸਹੀ ਹੈਗਾ। ਠੀਕ ਹੈ ਜੀ, ਸੋ ਇੱਕਦਮ ਜੈਨੂਅਨਲੀ ਤੁਸੀਂ ਮੈਨੂੰ ਦੱਸਣਾ ਕਿ ਜਿਹੜਾ ਇਹ ਆਪਾਂ ਕੁਸ਼ਚਨਸ ਕੀਤੇ ਨੇ, ਕਿਉਂਕਿ ਜਿੱਦਾਂ ਹੁਣ ਆਹ 27 ਕੁਸ਼ਚਨਸ ਕੀਤੇ ਨਾ, ਆਪਾਂ ਟੋਪਿਕ ਕੀਤਾ ਛੋਟਾ ਜਿਹਾ, 27 ਕੁਸ਼ਚਨਸ ਕੀਤੇ, ਹੁਣ ਇੱਕ ਇਸ ਤੋਂ ਬਾਅਦ ਜਿਹੜਾ ਟੋਪਿਕ ਆਉਣੇ ਆ ਪਲੇਨਸ ਐਂਡ ਐਕਸਿਸ ਆਫ ਮੋਸ਼ਨ, ਮਤਲਬ 40-50 ਕੁਸ਼ਚਨਸ ਆ, ਤੁਸੀਂ ਐਗਜ਼ੌਸਟ ਹੋ ਜਾਓਗੇ, ਮਤਲਬ ਪੂਰੇ ਜੋ ਵੀ ਕੁਸ਼ਚਨਸ ਬਣ ਸਕਦੇ ਆ, ਹੈ ਨਾ। ਐਂਡ ਮੈਂ ਹੁਣ ਹੋਰ ਤਰੀਕੇ ਦੇ ਕੁਸ਼ਚਨਸ ਵੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਦਾਂ ਦੇ KVS ਦੇ ਵਿੱਚ ਪੁੱਛੇ ਗਏ ਆ, ਹੈ ਨਾ। KVS ਦੇ ਵਿੱਚ ਪੁੱਛੇ ਜਾਂਦੇ ਆ ਕਿਹੜੇ ਇਹਦੇ ਵਿੱਚੋਂ, ਮਤਲਬ ਤੁਹਾਨੂੰ ਆਪਸ਼ਨ ਦੇ ਦੇਗਾ, ਜਿੱਦਾਂ ਆ 4 ਆਪਸ਼ਨ ਦੇ ਦਿੱਤੇ, ਉਹ ਤੁਹਾਨੂੰ ਦੇ ਦੇਗਾ ਇਹਚੋਂ ਏ ਸਹੀ ਆ, ਬੀ ਸਹੀ ਆ, ਸੀ ਸਹੀ ਆ, ਡੀ ਸਹੀ ਆ, ਜਾਂ ਏ ਸਹੀ ਆ ਜਾਂ ਸੀ ਸਹੀ ਆ, ਜਾਂ ਮਤਲਬ ਇੱਦਾਂ 3-4 ਆਪਸ਼ਨਸ ਬਣਨਗੇ। ਉਸ ਨੇਚਰ ਦੇ ਕੁਸ਼ਚਨਸ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਹੋਏ ਆ, ਠੀਕ ਹੈ, ਤਾਂ ਕਿ ਤੁਹਾਨੂੰ ਇੰਨਾ, ਮਤਲਬ ਜੋ ਤੁਸੀਂ ਪੜ੍ਹਿਆ, ਜਦੋਂ ਤੱਕ ਆਪਾਂ ਪੜ੍ਹਦੇ ਹਾਂ, ਜੇ ਆਪਾਂ ਉਸ ਚੀਜ਼ ਨੂੰ ਅਪਲਾਈ ਨਹੀਂ ਕਰਦੇ, ਫਿਰ ਉਹ ਪੜ੍ਹਿਆ ਨਾ ਪੜ੍ਹਿਆ ਇੱਕ ਬਰਾਬਰ ਆ। ਐਗਰੀ ਕਰਦੇ ਹੋ ਮੇਰੀ ਗੱਲ ਤੋਂ, ਹੈ ਨਾ। ਹੁਣ ਤੁਸੀਂ ਜੋ ਪੜ੍ਹਿਆ 2 ਲੈਕਚਰਸ ਦੇ ਵਿੱਚ, ਉਹ ਤੁਸੀਂ ਅਪਲਾਈ ਕੀਤਾ ਇੱਥੇ, ਐਂਡ ਤੁਹਾਨੂੰ ਪਤਾ ਲੱਗਿਆ ਕਿ ਮੈਨੂੰ ਕਿੰਨੀ ਸਮਝ ਆਈ ਆ ਚੀਜ਼ਾਂ ਦੀ, ਠੀਕ ਹੈ। ਸੋ ਕਿੱਦਾਂ ਦੇ ਲੱਗੇ ਤੁਹਾਨੂੰ ਕੁਸ਼ਚਨਸ ਇਹ, ਜੈਨੂਅਨਲੀ ਦੱਸਿਓ, ਲੈਵਲ ਸਹੀ ਆ? Yes, sir. ਸਰ ਬਹੁਤ ਵਧੀਆ, ਠੀਕ ਹੈ। ਸੋ ਇਸ ਤੋਂ ਵੀ ਆਪਾਂ, ਕਿਉਂਕਿ ਇਹ ਲੈਵਲ ਜਿਹੜਾ ਹੈਗਾ, ਜੇ ਮੈਂ ਗੱਲ ਕਰਾਂ ਇਹ ਜਿਹੜਾ KVS ਦਾ ਲੈਵਲ ਆ, ਉਹਦੇ ਨੇੜੇ ਤੇੜੇ ਦੇ ਇਹ ਕੁਸ਼ਚਨਸ ਹੈਗੇ ਆ, ਠੀਕ ਹੈ। ਐਂਡ ਜਦੋਂ ਤੁਸੀਂ ਮਾਸਟਰ ਕੈਡਰ 'ਚ ਬੈਠੋਗੇ, ਉਹਦੇ ਵਿੱਚ ਇਹਤੋਂ ਹਲਕੇ ਕੁਸ਼ਚਨਸ ਆਉਂਦੇ ਆ, ਠੀਕ ਹੈ। ਹੁਣ ਇਹ ਚੰਡੀਗੜ੍ਹ ਦਾ ਐਗਜ਼ਾਮ ਹੋਇਆ ਸੀਗਾ, ਜੋ ਕੁਸ਼ਚਨ ਜਿੱਦਾਂ ਦੇ ਉਹਦੇ ਵਿੱਚ ਪੁੱਛੇ ਗਏ ਆ, ਉੱਦਾਂ ਦੇ ਹੀ ਕੁਸ਼ਚਨਸ ਆਪਾਂ ਹੋਰ ਫਰੇਮ ਕਰਾਂਗੇ, ਉਹ ਕੰਮ ਚੱਲ ਰਿਹਾ ਆ ਆਲਰੇਡੀ।
ਕਿਉਂਕਿ ਕੁਐਸਚਨਸ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ, ਠੀਕ ਹੈ। ਐਂਡ ਹੋਰ ਕੋਈ ਤੁਹਾਡੀ ਕੁਐਰੀ, ਕੁਛ ਪੁੱਛਣਾ ਚਾਹੁੰਦੇ ਹੋ? ਸੋ ਫਿਰ ਆਪਾਂ ਹੁਣ ਮਿਲਦੇ ਹਾਂ ਕੱਲ੍ਹ। ਕੱਲ੍ਹ ਆਪਾਂ ਗੱਲ ਕਰਾਂਗੇ ਲੋਕੇਸ਼ਨ ਟਰਮੀਨੋਲੋਜੀ ਬਾਰੇ। ਐਂਡ ਕੱਲ੍ਹ ਫਰਾਈਡੇ ਹੈਗਾ? ਹਾਂਜੀ ਸਰ। ਕੱਲ੍ਹ ਲੋਕੇਸ਼ਨ ਟਰਮੀਨੋਲੋਜੀਜ਼ ਕੰਪਲੀਟ ਕਰ ਲਾਂਗੇ ਐਂਡ ਉਹਦੇ ਕੁਐਸਚਨਸ ਕਰਾਂਗੇ ਨਾਲ ਦੇ ਨਾਲ ਹੀ, ਠੀਕ ਹੈ ਜੀ। ਸੋ ਮਿਲਦੇ ਹਾਂ ਕੱਲ੍ਹ ਦੇ ਸੈਸ਼ਨ ਦੇ ਵਿੱਚ। ਥੈਂਕ ਯੂ ਸੋ ਮਚ।